ਸੰਗਤ ਟੈਲੀਵਿਜ਼ਨ ਦੇਖ ਰਹੇ ਦਰਸ਼ਕ ਜਨੂ ਦਾਸ ਭਾਈ ਨਰਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਲੈ ਕੇ ਗੁਰਬਾਣੀ ਇਸ ਜਗ ਮੈਂ ਚਾਨਣ ਅੱਜ ਆਪਾਂ ਕੁਝ ਇਤਿਹਾਸ ਦੇ ਪੰਨਿਆਂ ਤੇ ਨਿਗਾਹ ਮਾਰਾਂਗੇ ਕਿਉਂਕਿ ਅੱਜ ਤਨ ਤਨ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਦਾ ਸ਼ਹੀਦੀ ਪੂਰਵ ਹੈ ਐਸੀ ਲਸਾਨੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਵਾਰੇ ਦੇ ਵਿੱਚ ਆਪਾਂ ਥੋੜਾ ਬਹੁਤ ਸੰਖੇਪ ਵਿੱਚ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਗੁਰੂ ਕੀ ਸੰਗਤਾਂ ਜਿਤਨੀਆਂ ਵੀ ਜੁੜ ਬੈਠੀਆਂ ਨੇ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਉਹ ਡਾਇਲ ਕਰਕੇ ਆਪ ਇਸ ਸਮੇਂ ਦੀ ਸੇਵਾ ਲੈ ਸਕਦੇ ਹੋ ਗੁਰੂ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਖੁਸ਼ੀਆਂ ਬਖਸ਼ੇ ਕਰਨ ਸੋ ਆਓ ਸਤ ਸੰਗੀਜਨੋ 10 ਦਾ ਸਾਥ ਦੇਣ ਵਾਸਤੇ ਲੰਦਰਨ ਸਟੂਡੀਓ ਵਿੱਚ ਪਹੁੰਚੇ ਨੇ ਭਾਈ ਨਿਰਪਾਲ ਸਿੰਘ ਜੀ ਪਰਦੇਸੀ ਤੇ ਉਹਨਾਂ ਨੂੰ ਆਪਾਂ ਫਤਿਹ ਬਲਾ ਕੇ ਫਿਰ ਆਪਾਂ ਅੱਜ ਦਾ ਜੋ ਇਤਿਹਾਸ ਹੈ ਉਹ ਆਪਾਂ ਸ਼ੁਰੂ ਕਰਾਂਗੇ ਭਾਈ ਨਿਰਪਾਲ ਸਿੰਘ ਜੀ ਪਰਦੇਸੀ ਸਾਹਿਬ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੂੰ ਤੇ ਗੁਰੂ ਕੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਸਾਰੇ ਸੰਸਾਰ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਤਿਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਐਸੇ ਮਹਾਨ ਯੋਧੇ ਸੰਸਾਰ ਤੇ ਬਹੁਤ ਘੱਟ ਹੋਇਆ ਕਰਦੇ ਨੇ ऐसे जज्बातों ਦੇ ਵਿੱਚ ਪਰੇ ਹੋਏ ਗੁਰਸਿੱਖ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਸਿਖਾਇਆ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਬਨਾ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਗੁਰੂ ਪਾਤਸ਼ਾਹ ਇਹ ਹੁਕਾ ਦੇ ਕੇ ਕਹਿੰਦੇ ਨੇ ਕਿ ਜੋ ਤਨ ਮਨ ਤਨ ਗੁਰੂ ਨੂੰ ਸੌਂਪ ਸਕਦਾ ਹੈ ਇੱਥੇ ਤੇ ਉਹੀ ਆਵੇ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਆਪਣਾ ਆਪ ਸਮਰਪਿਤ ਕੀਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨਾਂ ਦੇ ਨਾਲ अनेका ਹੀ ਸਿੱਖ अनेका ਹੀ ਸਿੰਘ ਜੁੜੇ ਜਿਨ੍ਹਾਂ ਨੇ ਸ਼ਹਾਦਤ ਦੇ ਜਮ ਪੀਤੇ ਨੇ ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਕਿ ਕੁਝ ਇਲਾਕੇ ਦੇ ਵਿੱਚ ਪੈਦਾ ਹੋਏ ਉਹਨਾਂ ਨੂੰ ਇਹ ਲਗਨ ਕਿੱਥੋਂ ਲੱਗੀ ਹੈ ਸੰਖੇਪ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਸੰਗਤਾਂ ਤਕਰੀਬਨ ਜਾਣਦੀਆਂ ਨੇ ਹਰ ਸਾਲ ਮਨਾਇਆ ਜਾਂਦਾ ਹੈ ਪੁਰਬ ਤੇ ਸੰਗਤਾਂ ਨੂੰ ਪਤਾ ਹੈ ਕਿ ਇਹ ਇੱਕ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਪੈਦਾ ਹੋਈ ਜ਼ਿਮੀਂਦਾਰਾ ਕਰਦੇ ਨੇ ਤੇ ਨਾਲ ਨਾਲ ਇੱਕ ਸ਼ੌਂਕ ਰੱਖਦੇ ਨੇ ਸ਼ਿਕਾਰ ਖੇਡਣ ਦਾ ਕਹਿੰਦੇ ਨੇ ਬਚਪਨ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਦਾ ਨਾਮ ਸੀ ਲక్ష్మణਦਾਸ ਇਹ ਇੱਕ ਦਿਨ ਸ਼ਿਕਾਰ ਖੇਡਣ ਗਏ ਨੇ ਇੱਕ ਹਿਰਨੀ ਨਿਕਲੀ ਉਸ ਦਾ ਸ਼ਿਕਾਰ ਕੀਤਾ ਹਿਰਨੀ ਨੂੰ ਮਾਰ ਕੇ ਤੇ ਉਸ ਦਾ ਜਦੋਂ ਪੇਟ ਚਾਕ ਕੀਤਾ ਹੈ ਕਰੋ ਪਿਆਰਿਓ ਇਹ ਗਰਭਤੀ ਹਿਰਨੀ ਸੀ ਉਸ ਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ ਜੋ ਲక్ష్మణਦਾਸ ਜੀ ਦੇ ਸਾਮਨੇ ਤੜਫ ਤੜਫ ਕੇ ਮਰੇ ਨੇ ਮਨ ਵਿੱਚ ਵਿਰਾਗ ਵਿਰਾਗ ਲੱਗ ਗਿਆ ਔਰ ਉਥੇ ਹੀ ਇਹ ਸਭ ਕੁਝ ਦੇ ਕੇ ਉਹਨਾਂ ਨੇ ਆਪਣੇ ਤੀਰ ਕਮਾਨ ਤੋੜ ਦਿੱਤੇ ਮਨ ਬੇਰਾਗੀ ਹੋ ਗਿਆ ਘਰ ਵਿੱਚ ਆਏ ਨੇ ਨਾ ਬੋਲਦੇ ਨੇ ਨਾ ਚੱਲਦੇ ਨੇ ਮਾਤਾ ਪਿਤਾ ਨੇ ਆਖਿਆ ਕਿ ਪਤਾ ਨਹੀਂ ਇਹਨਾਂ ਨੂੰ ਸ਼ਾਇਦ ਕਿਸੇ ਨੇ ਕੁਝ ਕਰ ਦਿੱਤਾ ਹੈ ਜੋ ਕਿ ਬੜੀ ਲਗਨ ਦੇ ਨਾਲ ਘਰ ਦਾ ਕੰਮ ਕਰ ਕਰਦੇ ਸੀ ਹੁਣ ਇਹਨਾਂ ਦੇ ਕੋਲ ਉਹ ਲਗਨ ਨਹੀਂ ਹੈ ਇਹਨੇ ਉਸ ਵੇਲੇ ਜੰਤਰਾ ਮੰਤਰਾ ਤੰਤਰਾ ਦਾ ਬੜਾ ਜ਼ੋਰ ਸੀ ਇਹਨਾਂ ਦੀ ਮਾਤਾ ਜੀ ਕਿਤੇ ਸਾਧੂਆਂ ਕੋਲ ਸੰਨਿਆਸੀਆਂ ਕੋਲ ਯੋਗੀਆਂ ਕੋਲ ਲੈ ਕੇ ਗਏ ਨੇ ਕਿ ਮੇਰੇ ਪੁੱਤਰ ਨੂੰ ਪਤਾ ਨਹੀਂ ਕੀ ਹੋਇਆ ਹੈ ਗੁਰੂ ਪਿਆਰਿਓ ਜਿਵੇਂ ਉਹਨਾਂ ਸਾਧੂਆਂ ਸੰਤਾਂ ਦੇ ਕੋਲ ਇਹ ਗਏ ਨੇ ਕਹਿੰਦੇ ਨੇ ਕਿ ਇੱਕ ਡੇਰਾ ਹੈ ਅਗਰਨਾਥ ਦਾ ਇੱਥੇ ਜਦੋਂ ਇਹ ਲక్ష్మణਦਾਸ ਜੀ ਪਹੁੰਚੇ ਨੇ ਤੇ ਇਹਨਾਂ ਦੀਆਂ ਸ਼ਕਤੀਆਂ ਵੇਖ ਕੇ ਇਹਨਾਂ ਨੂੰ ਗੁਰੂ ਧਾਰਨ ਕੀਤਾ ਗੁਰੂ ਧਾਰਨ ਕਰਕੇ ਤੇ ਬੜੇ ਜੰਤਰਾ ਮੰਤਰਾਂ ਦਾ ਇਹਨਾਂ ਨੂੰ ਜਪ ਤਪ ਕਰਵਾਇਆ ਗਿਆ ਜਿਸ ਦੇ ਨਾਲ ਇਹਨੂੰ ਕੁਝ ਸਿੱਧੀਆਂ ਪ੍ਰਾਪਤ ਹੋ ਗਈਆਂ ਤੇ ਉਹਨਾਂ ਸਾਧੂਆਂ ਨੇ ਇਹਨਾਂ ਨੂੰ ਨਾਮ ਦਿੱਤਾ ਮਾਦੂ ਦਾਸ ਵੈਰਾਗੀ ਗੁਰੂ ਪਿਆਰਿਓ ਇਸ ਢੰਗ ਦੇ ਨਾਲ ਇਹ ਜੀਵਨ ਚੱਲਦਾ ਰਿਹਾ ਆਖਰਕਾਰ ਕਾਫੀ ਇਸ ਨੇ ਰਿੱਧੀਆਂ ਅਸਲੀਆਂ ਔਰ ਤਾਕਤਾਂ ਪ੍ਰਾਪਤ ਕਰ ਲਈਆਂ ਤੇ ਇਹ ਇੱਕ ਡੇਰਾ ਬਣਾ ਕੇ ਰਹਿਣ ਲੱਗਾ ਡੇਰੇ ਦੇ ਵਿੱਚ ਇੱਕ ਪਲੰਘ ਰੱਖਿਆ ਹੋਇਆ ਹੈ ਸਤ ਸੰਗੀਜਨੋ ਐਸਾ ਜੋ ਰਿੱਧੀਆਂ ਸਿੱਧੀਆਂ ਦਾ ਮਾਲਕ ਇਸਨੇ ਵੀਰ ਬਸ ਵਿੱਚ ਕੀਤੇ ਹੋਏ ਨੇ ਜਿਹੜਾ ਵੀ ਕੋਈ ਸਾਧੂ ਮਹਾਤਮਾ ਆ ਕੇ ਇਸ ਦੇ ਪਲੰਗ ਤੇ ਬੈਠਦਾ ਹੈ ਤੇ ਉਹ ਆਪਣੇ ਇਹਨਾਂ ਅਗੰਮੀ ਸ਼ਕਤੀਆਂ ਦੇ ਦੁਆਰਾ ਉਸ ਪਲੰਗ ਨੂੰ ਪੁੱਠਾ ਕਰ ਦਿੰਦਾ ਹੈ ਜਦੋਂ ਉਹ ਪੁੱਠਾ ਹੋ ਕੇ ਡਿੱਗਦਾ ਹੈ ਤੇ ਫਿਰ ਬੜਾ ਹੱਸਦੇ ਨੇ ਇਸੇ ਢੰਗ ਦੇ ਨਾਲ ਸਮਾਂ ਚੱਲਦਾ ਰਿਹਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਆਣ ਕੇ ਇਸ ਪਲੰਘ ਤੇ ਬੈਠ ਗਏ ਨੇ ਦੱਸਿਆ ਗਿਆ ਮਾਧੋਦਾਸ ਜੀ ਨੂੰ ਮਾਧੋਦਾਸ ਬੇਰਾਗੀ ਅੱਜ ਪਲੰਘ ਤੇ ਕੋਈ ਮਹਾਪੁਰਖ ਆਇਆ ਏ ਕਿੰਦਾ ਕੋਈ ਗੱਲ ਨਹੀਂ ਵੇਖ ਲੈਨੇ ਆ ਕਿ ਇਹ ਕਿਤਨੀ ਕੁ ਸ਼ਕਤੀ ਦਾ ਮਾਲਕ ਹੈ ਮਾਧੋਦਾਸ ਬੇਰਾਗੀ ਨੇ ਆ ਕੇ ਬੜੇ ਜੰਤਰ ਮੰਤਰ ਤੰਤਰ ਪੜਨੇ ਸ਼ੁਰੂ ਕੀਤੇ ਪਰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹੜੀ ਸ਼ਕਤੀ ਹਲਾ ਸਕਦੀ ਸੀ ਬੜੇ ਯਤਨ ਕਰਨ ਦੇ ਬਾਵਜੂਦ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਡਿਗਿਆ ਕਿ ਸੱਚੇ ਪਾਤਸ਼ਾਹ ਤੁਸੀਂ ਕੌਣ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਆਪਣੇ ਮਨ ਤੋਂ ਪੁੱਛ ਮਨ ਤੋਂ ਪੁੱਛ ਕੇ ਮੈਂ ਕੌਣ ਹਾਂ ਕਿਉਂਕਿ ਮਾਧੋਦਾਸ ਬਰਾਗੀ ਨੂੰ ਕਿਸੇ ਨੇ ਦੱਸਿਆ ਸੀ ਕਿ ਤੇਰੇ ਤੋਂ ਵੀ ਇੱਕ ਵੱਡੀ ਸ਼ਕਤੀ ਉਹ ਤੈਨੂੰ ਇੱਕ ਦਿਨ ਮਿਲਣ ਵਾਸਤੇ ਖੁਦ ਆਵੇਗੀ ਉਸ ਦਾ ਨਾਮ ਹੋਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਕਿ ਇਹ ਤੇ ਉਹੀ ਮਹਾਪੁਰਖ ਨੇ ਤੇ ਕਹਿਣ ਲੱਗੇ ਕਿ ਕੀ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜੀਓ ਕਹਿੰਦੇ ਕਿ ਹਾਂ ਜਦੋਂ ਸੁਣਿਆ ਤੇ ਉਹਨਾਂ ਦੇ ਚਰਨਾਂ ਤੇ ਟਹਿ ਪਿਆ ਕਿ ਸੱਚੇ ਪਾਤਸ਼ਾਹ ਮੈਨੂੰ ਤੁਹਾਡੀ ਹੀ ਤਲਾਸ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਭਾਈ ਇਹ ਜਿਹੜੇ ਤੂੰ ਕੰਮ ਕਰਦਾ ਹੈ ਨਾ ਆ ਪਲੰਘ ਪਲਟਾਉਣ ਦੀ ਇਹ ਛੱਡ ਦੇ ਇਸ ਢੰਗ ਦੇ ਨਾਲ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ ਤਾਨਿਸ਼ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਮਾਧੋਦਾਸ ਬੈਰਾਗੀ ਨੂੰ ਇਹ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾ ਕੇ ਤੇ ਇਸ ਦਾ ਨਾਮ ਰੱਖਿਆ ਬੰਦਾ ਸਿੰਘ ਜੀ ਬਹਾਦਰ ਸਤਿਗੁਰੂ ਪਾਤਸ਼ਾਹ ਨੇ ਆਪਣਾ ਜੋ ਅਕੀਦਾ ਸੀ ਉਸ ਨੂੰ ਪੂਰਿਆ ਕਰਨ ਵਾਸਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਨੂੰ ਆਖਿਆ ਕਿ ਆਓ ਤੁਹਾਨੂੰ ਸੰਸਾਰ ਦਾ ਪਲਾਅ ਕਰਨ ਵਾਸਤੇ ਭੇਜਦੇ ਆ ਤੇ ਉਹਨ ਦੂਤਾਂ ਦੁਸ਼ਟਾਂ ਦਾ ਨਾਸ ਕਰਨਾ ਹੈ ਜਿਨ੍ਹਾਂ ਨੇ ਗੁਰਸਿੱਖਾਂ ਨੂੰ ਤਸੀਹੇ ਦਿੱਤੇ ਨੇ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਨੇ ਇਹ ਸਾਰੀ ਲਿਸਟ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਬੰਦਾ ਸਿੰਘ ਜੀ ਭਾਦਰ ਉਹਨਾਂ ਨੂੰ ਦੇ ਦਿੱਤੀ ਜਿਨ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਬੱਚਿਆਂ ਦੇ ਨਾਲ ਬਧਿਕੀਆਂ ਕੀਤੀਆਂ ਸਨ ਤੇ ਗੁਰੂ ਪਿਆਰਿਓ ਸਤਗੁਰੂ ਪਾਤਸ਼ਾਹ ਨੇ ਬੰਦਾ ਸਿੰਘ ਜੀ ਬਹਾਦਰ ਇਹਨਾਂ ਨੂੰ ਪੰਜ ਤੀਰ ਦਿੱਤੇ ਨੇ ਕੁਝ ਸਿੰਘ ਦਿੱਤੇ ਨੇ ਕਿ ਜਾਓ ਜਿੱਥੇ-ਜਿੱਥੇ ਵੀ ਇਹ ਦੂਤ ਦੁਤਾਂ ਦੁਸ਼ਟਾਂ ਨੇ ਸਾਡੇ ਨਾਲ ਇਹ ਬਧਿਕੀਆਂ ਕੀਤੀਆਂ ਨੇ ਉਹਨਾਂ ਨੂੰ ਜਾ ਕੇ ਸੋਦਾ ਲਾਉਣਾ ਹੈ ਸੋ ਗੁਰੂ ਪਿਆਰਿਓ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਤੋੜਿਆ ਤੇ ਕਿਵੇਂ-ਕਿਵੇਂ ਉਹਨਾਂ ਨੇ ਇਹ ਉਹਨਾਂ ਪੀਰ ਬੁੱਧੂ ਸਾਹਿਬ ਜੀ ਜਿਸ ਦੇ ਬੱਚਿਆਂ ਨੂੰ ਔਰ ਜਿਸ ਦੇ ਮਰੀਦਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਜਿਨ੍ਹਾਂ ਨੇ ਮਾਰਿਆ ਸੀ ਉਹਨਾਂ ਦਾ ਜਾ ਕੇ ਕਿਵੇਂ-ਕਿਵੇਂ ਬਦਲਾ ਲਿਆ ਆਓ ਮੇਰੇ ਨਾਲ ਜੋ ਬੈਠੇ ਨੇ ਸਟੂਡੀਓ ਵਿਖੇ ਭਾਈ ਨਿਰਪਾਲ ਸਿੰਘ ਜੀ ਪਰਦੇਸੀ ਉਹ ਆਪ ਜੀ ਦੇ ਨਾਲ ਇਹ ਇਤਿਹਾਸ ਸਾਂਝਾ ਕਰਨਗੇ। はい ਜੀ ਜੀ ਸੰਗਤ ਜੀਓ ਵੀਰ ਨਰਿੰਦਰ ਸਿੰਘ ਜੀ ਨਾਲ ਆਪ ਜੀ ਦੀਆਂ ਵਿਚਾਰਾਂ ਦੀ ਸਾਂਝ ਪਈ ਤੇ ਮੇਰੇ ਵੀਰ ਨੇ ਸੁਚੱਜੇ ਢੰਗ ਨਾਲ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਉੱਤੇ ਸੰਖੇਪ ਆਪ ਜੀ ਨੂੰ ਜਾਣੂ ਕਰਾਇਆ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਗਟ ਕੀਤੇ ਹੋਏ ਪੰਥ ਦੇ ਪਹਿਲੇ ਮੁਖੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਥਾਪੜਾ ਲੈ ਕੇ ਖਾਲਸਾ ਪੰਥ ਦਾ ਪਹਿਲਾ ਮੁਖੀ ਪਹਿਲਾ ਆਗੂ ਗੁਰੂ ਦੀ ਕਿਰਪਾ ਦੇ ਸਦਕਾ ਜਦੋਂ ਸਾਡੇ ਪੰਥਿਚ ਆ ਕੇ ਪ੍ਰਗਟ ਹੋਇਆ ਹੈ ਉਸ ਤੇ ਅਸੀਂ ਇਹਨਾਂ ਵਿਚਾਰਾਂ ਦੇ ਵਿਚਕਾਰ ਹੋਰ ਆਪ ਜੀ ਨਾਲ ਸਾਂਝ ਪਾਡੇ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਖਸੀਅਤ ਸਾਡੇ ਸਮੁਖ 15 ਕੁ ਸਾਲ ਦੀ ਅਵਸਥਾ ਉਹਨਾਂ ਦੀ ਆਣੀ ਆਰੰਭ ਹੁੰਦੀ ਹੈ। ਜਦੋਂ ਇਹ ਤੀਰ ਅੰਦਾਜ਼ੀ ਦੇ ਸ਼ੌਕੀਨ ਨੇ ਛਤਰੀਏ ਪਰਵਰਤਰੀ ਰੱਖਦੇ ਨੇ ਤੇ ਸ਼ਿਕਾਰ ਕਰਦੇ ਹੋયા ਇੱਕ ਹਿਰਣੀ ਨੂੰ Aim ਕਰਕੇ ਹੂੰ ਹੂੰ ਤੀਰ ਛੱਡਦੇ ਨੇ ਹਾਂਜੀ ਤੇ ਤੀਰ ਅਚੂਕ ਹੈ ਹਿਰਣੀ ਨੂੰ ਜਾ ਕੇ ਵੱਜਦਾ ਤੇ ਹਿਰਣੀ ਉੱਥੇ ਆਪਣੇ ਸਵਾਸ ਛੱਡ ਦਿੰਦੀ ਹੈ ਹਾਂਜੀ ਉਹ ਹਿੰਦਰੀ ਹਿਰਣੀ ਦੇ ਸਵਾਸ ਛੱਡਣ ਤੇ ਹੀ ਉਸ ਹਿਰਣੀ ਦੇ ਗਰਭ ਵਿੱਚ ਦੋ ਬੱਚੇ ਜੋ ਇਸ ਦੁਨੀਆ ਵਿੱਚ ਆਉਣ ਵਾਸਤੇ ਪਿਆਰ ਹੁੰਦੇ ਨੇ ਉਹ ਬੱਚੇ ਉੱਥੇ ਜਨਮ ਲੈਂਦੇ ਨੇ ਲੇਕਿਨ ਜਿਹੜੀ ਹਾਲਾਤ ਤੇ ਅਵਸਥਾ ਹੈ ਉਹ ਜਨਮ ਲੈਂਦੇ ਆ ਹੀ ਆਪਣਾ ਸ਼ਰੀਰ ਛੱਡ ਦਿੰਦੇ ਨੇ ਭਾਉ ਤੜਪ ਕੇ ਮਰਦੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਵਿੱਚ ਇੱਥੇ ਹੀ ਮੋੜ ਆਉਂਦਾ ਹੈ ਹਾਂਜੀ ਉਹਨਾਂ ਦੀ ਤੜਪ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਹੂੰ ਤੇ ਇੱਕ ਯੋਧੇ ਦੇ ਦਿਲ ਦੇ ਥੱਲੇ ਜਿਹੜੀ ਦਇਆ ਹੈ ਉਹ ਤੜਪ ਉੱਠਦੀ ਹੈ ਇਹ ਤੜਪ ਉਹਨਾਂ ਨੂੰ ਬੇਰਾਗੀ ਬਣਾਉਂਦੀ ਹੈ ਇਹ ਆਪਣੇ ਪਰਿਵਾਰ ਤੋਂ ਜਿਦਾ ਮੇਰੇ ਵੀਰ ਨੇ ਦੱਸਿਆ ਕਿਰਤੀ ਸੀਗੇ ਪਰਿਵਾਰ ਦੀ ਜ਼ਿੰਮੇਵਾਰੀਆਂ ਤੋਂ ਸੰਕੋਚ ਕਰਨ ਲੱਗਦੇ ਨੇ ਤੇ ਜਦੋਂ ਮਾਤਾ ਜੀ ਇਹਦੇ ਇਲਾਜ ਵਾਸਤੇ ਯਤਨ ਕਰਦੇ ਨੇ ਹਾਂਜੀ ਤੇ ਬੰਦਾ ਸਿੰਘ ਜੀ ਬਹਾਦਰ ਜੀ ਦਾ ਜਿਹੜਾ ਮਿਲਾਪ ਹੈ ਉਹ ਇੱਕ ਬੈਰਾਗੀ ਡੇਰੇ ਨਾਲ ਹੁੰਦਾ ਹੈ ਹਾਂਜੀ ਹਾਂਜੀ ਉਸ ਬੈਰਾਗੀ ਡੇਰੇ ਤੋਂ ਜੋ ਇਹ ਪ੍ਰਾਪਤੀਆਂ ਕਰਦੇ ਨੇ ਉਹ ਕਾਫੀ ਰਿੱਧੀਆਂ ਸਿੱਧੀਆਂ ਹਾਸਲ ਕਰ ਲੈਂਦੇ ਨੇ ਹਮ ਹੁਣ ਅੰਦਰ ਇੱਕ ਯੋद्धा ਵੀ ਹੈ ਤੇ ਦਇਆ ਵੀ ਹੈ ਜੋ ਹਿਰਨੀਆਂ ਦੇ ਬੱਚਿਆਂ ਦੇ ਮਰਨ ਕਰਕੇ ਪ੍ਰਗਟ ਹੋਈ ਹੈ ਉਹ ਯੋद्धा ਤੇ ਇਹ ਦਇਆ ਉਸ ਸਾਧੂ ਦੇ ਸੰਗ ਨਾਲ ਲੱਗ ਕੇ ਇਹ ਰਿੱਡੀਆਂ ਸਿੱਧੀਆਂ ਦੇ ਢਣੀ ਹੋ ਜਾਂਦੇ ਨੇ ਲੇਕਿਨ ਇੱਕ ਸੱਚੇ ਗੁਰੂ ਦੀ ਔਰ ਸੱਚੇ ਗੁਰੂ ਦੀ ਸੇਤ ਤੋਂ ਵਾਂਝੇ ਹੋਣ ਦੀ ਵਜ੍ਹਾ ਕਰਕੇ ਉਹ ਉਹਨਾਂ ਨੂੰ ਠੀਕ ਢੰਗ ਨਾਲ ਇਸਤੇਮਾਲ ਨਹੀਂ ਕਰ ਰਹੇ ਹੁੰਦੇ ਨੇ ਇਹ ਇੱਧਰ ਮੇਰੇ ਪੰਚ ਦਸਮ ਪਾਤਸ਼ਾਹ ਨੇ ਪੰਥ ਸਾਜਿਆ ਹੈ ਪੰਥ ਪ੍ਰਗਟ ਹੋਇਆ ਹੈ ਤੇ ਸਤਗੁਰ ਮੇਰੇ ਸਾਨੂੰ ਵਚਨ ਬਖਸ਼ਦੇ ਨੇ ਕਿ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਤਾਂ ਅਕਾਲ ਪੁਰਖ ਨੂੰ ਆਪਣਾ ਦਾਸ ਕਹਿੰਦੇ ਹੋਏ ਖਾਲਸਾ ਪੰਥ ਪ੍ਰਗਟ ਕਰਦੇ ਨੇ ਇੱਕੋ ਜੋਤ ਜੋ 10ਵੇਂ ਜਾਮੇ ਦੇ ਵਿਚਕਾਰ 1699 ਦੀ ਵਿਸਾਖੀ ਦੇ ਦਿਹਾੜੇ 'ਚ ਖਾਲਸਾ ਪੰਥ ਪ੍ਰਗਟ ਹੁੰਦਾ ਹੈ ਤੇ ਮਹਾਰਾਜ ਹੁਣ ਖਾਲਸਾ ਪੰਥ ਦੀ ਬਾਗਡੋਰ ਵੀ ਤੇ ਜੋਧੇ ਦੇ ਹੀ ਹੱਥ ਦੇਣਗੇ ਹਾਂਜੀ ਤੇ ਸਮਰੱਥ ਗੁਰੂ ਨੂੰ ਇਹ ਪਤਾ ਹੈ ਕਿ ਉਹ ਜੋਧਾ ਕਿੱਥੇ ਆਪਣੇ ਸਮਝ ਦੇ ਨਾਲ ਵੱਡਾ ਹੋ ਰਿਹਾ ਹੈ ਮੇਰੇ ਸਤਗੁਰੂ ਜੀ ਇੱਥੇ ਚਾਲੇ ਪਾਉਂਦੇ ਨੇ 13 ਹਾਂਜੀ 13 1/2 ਪਹੁੰਚ ਕੇ ਬਾਬਾ ਬੰਦਾ ਸਿੰਘ ਜੀ ਦੇ ਆਸ਼ਰਮ ਡੇਰੇ ਦੇ ਵਿੱਚਕਾਰ ਜਾ ਕੇ ਤੇ ਉਹਨਾਂ ਦੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਜਾਂਦੇ ਨੇ ਤੇ ਚੇਲੇ ਉਹਨਾਂ ਦੇ ਕਹਿੰਦੇ ਨੇ ਕਿ ਅਜ ਤੱਕ ਕੋਈ ਮਹਾਪੁਰਸ਼ ਜਿਦਾ ਨੂਰ ਨਹੀਂ ਚਿលਿਆ ਜਾ ਰਿਹਾ ਤੁਹਾਡੇ ਤੇ ਆਸਨਾ ਤੇ ਬੈਠ ਗਏ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਆਪਾਂ ਆਪਣੀਆਂ ਸ਼ਕਤੀਆਂ ਨਾਲ ਉਹਨਾਂ ਨਾਲ ਵਾਪਾ ਲੈਣੇ ਆ ਜਦੋਂ ਆਪਣੀਆਂ ਸਾਰੀਆਂ ਸ਼ਕਤੀਆਂ ਅਜ਼ਮਾ ਕੇ ਹੱਥ ਖੜੇ ਕਰ ਦਿੰਦੇ ਨੇ ਫੇਰ ਕਹਿੰਨੇ ਚਲੋ ਹੁਣ ਦੀਦਾਰ ਵੀ ਕਰ ਲਈਏ ਕਿ ਸਾਡੇ ਆਸਨਾ ਤੇ ਕੌਣ ਬੈਠੇ ਨੇ ਹੂੰ ਹੂੰ ਤੇ ਜਦੋਂ ਆਪਣੇ ਆਸ਼ਰਮ ਪਹੁੰਚਦੇ ਨੇ ਤੇ ਸਤਗੁਰਾਂ ਨੂੰ ਬਿਰਾਜਮਾਨ ਵੇਖਦੇ ਨੇ ਤੇ ਦੀਦਾਰ ਕਰਦੇ ਇਨਹਾਲ ਹੋ ਜਾਂਦੇ ਨੇ ਹੂੰ ਹੂੰ ਪਤਾ ਤੇ ਲੱਗ ਗਿਆ ਹੈ ਕਿ ਸਾਹਮਣੇ ਕੌਣ ਰੱਬ ਬੈਠਾ ਹੈ ਹਾਂਜੀ ਸਾਰੀਆਂ ਸ਼ਕਤੀਆਂ ਫੇਲ ਹੋ ਚੁੱਕੀਆਂ ਨੇ ਹੂੰ ਹੂੰ ਤੇ ਸੈ ਸਬਾ ਪੁੱਛਦੇ ਨੇ ਜੀ ਆਪ ਜੀ ਕੌਣ ਤੇ ਉਸ ਟਾਈਮ ਪਾਸ਼ਾ ਕਹਿੰਦੇ ਨੇ ਮਦੋ ਦਾਸ ਜੀ ਮੰਨ ਦੀਆਂ ਅੱਖਾਂ ਖੋਲੋ ਹਾਂਜੀ ਆਪ ਜੀ ਨੇ ਸ਼ਰੀਰ ਦੀਆਂ ਅੱਖਾਂ ਤੇ ਖੋਲ ਨਹੀਂ ਆਨੇ ਤੁਸੀਂ ਮੈਨੂੰ ਜਾਣਦੇ ਹੋ ਤੁਸੀਂ ਮੰਨ ਦੀਆਂ ਅੱਖਾਂ ਖੋਲੋ ਤੇ ਜਦੋਂ ਬਰਾਗੀ ਜੀ ਆਪਣੀਆਂ ਮੰਨ ਦੀਆਂ ਅੱਖਾਂ ਖੋਲ ਲੈਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦیدار ਹੁੰਦੇ ਨੇ ਤੇ ਫਿਰ ਉਹਨਾਂ ਦੇ ਮੁਖ ਤੋਂ ਇਹੀ ਬਚਨ ਆਉਂਦੇ ਨੇ ਕਿ ਆਪ ਜੀ ਤੋਂ ਸਾਹਸਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜ ਤਨ ਭਾਗ ਤੁਹਾਡੇ دیدار ਇੱਥੇ ਹੋਏ ਨੇ ਹੂੰ ਹੂੰ ਤੇ ਅਗੋ ਮੇਰੇ ਪਾਸ਼ਾ ਜੀ ਪੁੱਛਦੇ ਨੇ ਕਿ ਮਾਦੋ ਜੀ ਤੁਸੀਂ ਇਹ ਤੇ ਜਾਣ ਲਿਆ ਹੁਣ ਕਿ ਅਸੀਂ ਕੌਣ ਹੂੰ ਹੂੰ ਹੁਣ ਤੁਸੀਂ ਦੱਸੋ ਤੁਸੀਂ ਕੌਣ ਹੂੰ ਹੂੰ ਤੇ ਪਿਆਰਿਓ ਗੁਰੂ ਦੀ ਨਦਰ ਪੈ ਚੁਕੀ ਹੈ ਸਮਰੱਥ ਗੁਰੂ ਦੀ ਨਦਰ ਪੈ ਚੁਕੀ ਹੈ ਤੇ ਬਾਬਾ ਬੰਦਰ ਸਿੰਘ ਜੀ ਬਹਾਦਰ ਉਸ ਟਾਈਮ ਇਹ ਵਚਨ ਕਹਿੰਦੇ ਨੇ ਕਿ ਮੈਂ ਬੰਦਾ ਤੇ ਅੱਗੋਂ ਜਦੋਂ ਸੱਜ ਜੀ ਹੋਰ ਥੋੜਾ ਚਾਹ ਦੇਣੇ ਕਹਿੰਦੇ ਨੇ ਮਹਾਰਾਜ ਤੁਹਾਡਾ ਬੰਦਾ ਇੱਥੋਂ ਇਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਹਮ ਸਿੱਖਪੰਥ ਦੇ ਵਿਚਾਰ ਪ੍ਰਚਲਿਤ ਹੋਇਆ ਮੇਰੇ ਪਾਸ਼ਾ ਨੇ ਜਦੋਂ ਇਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ ਤੇ ਇਹ ਮੇਰੇ ਦਸਮ ਪਾਸ਼ਾ ਦਾ ਸ਼ਰੀਰ ਇਸ ਤੋਂ ਬਾਅਦ ਮੇਰੇ ਪਾਸ਼ਾ ਨੇ ਹੋਰ ਪੌਲ ਮੇਰੇ ਪਾਸ਼ਾ ਨੇ ਨਹੀਂ ਛਕਾਈ ਸਤਗੁਰਾਂ ਨੇ ਪੰਜ ਪਿਆਰੇ ਸਾਜਦੇ ਹੋਏ ਆ ਪੌਲ ਛਕਾਈ ਉਹਨਾਂ ਤੋਂ ਪੌਲ ਖੁਦ ਲਈ ਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੌਲ ਛਕਾ ਕੇ ਤੇ ਅੱਗੇ ਜਦ ਹੁਣ ਪੰਥ ਦੀ ਬਾਗਡੋਰ ਹੀ ਪੰਜ ਪਿਆਰਿਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸੌਂਪਣੀ ਹੈ ਤਾਂ ਮੇਰੇ ਪਾਸ਼ਾ ਨੇ ਇਹਨਾਂ ਨੂੰ ਪੌਲ ਛਕਾ ਕੇ ਇਹਨਾਂ ਨੂੰ ਗੁਰਬਖਸ਼ ਸਿੰਘ ਜੀ ਦੇ ਨਾਮ ਤੋਂ ਨਿਵਾਜਿਆ ਹੂੰ ਜਿਹੜਾ ਲਕਸ਼ਮਣ ਦਾਸ ਸਮਾ ਪੈੰਦੇ ਮਾਡੋ ਦਾਸ ਬਣੇ ਅੱਜ ਮੇਰੇ ਪਾਸ਼ਾ ਦੀ ਕਿਰਪਾ ਹੋ ਗਈ ਤੇ ਇਹ ਸਿੰਘ ਸੱਚ ਕੇ ਗੁਰਬਖਸ਼ ਸਿੰਘ ਬਹਾਦਰ ਮੇਰੇ ਪਾਸ਼ਾ ਦੇ ਥਾਪੜੇ ਨਾਲ ਸਜੇ ਪੰਥ ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਜਾਣੂ ਹੈ ਕਿਉਂਕਿ ਇਹ ਸਮਰਪਿਤ ਹੋ ਗਏ ਇਸ ਨੂੰ ਕਹਿੰਦੇ ਨੇ ਪਿਆਰਿਓ ਸਮਰਪਣ ਜੇ ਆਪਣੇ ਸਤਗੁਰਾਂ ਨੂੰ ਸੀਸ ਭੇਟ ਦੇਣਾ ਹੈ ਤਾਂ ਉਸ ਸੰਪੂਰਨ ਤੌਰ ਤੇ ਦੇਣਾ ਹੈ ਤੇ ਜਦੋਂ ਸਤਗੁਰਾਂ ਨੂੰ ਸੰਪੂਰਨ ਭੇਟ ਦੇ ਤਾ ਸੀਸ ਤੇ ਫਿਰ ਇਹੋ ਦੇਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਆਉਂਦੇ ਨੇ ਸਮਾਜ 'ਚ ਹਾਂਜੀ ਜਿਨ੍ਹਾਂ ਦਾ ਅੱਜ ਅਸੀਂ ਸ਼ਹਾਦਤ ਦਿਹਾੜੇ ਦੇ ਉੱਤੇ ਰੋਸ਼ਨੀ ਪਾਣਾ ਚਾ ਰਹੇ ਹਾਂ ਹਾਂਜੀ ਤੇ ਦਾਸ ਜਿਹੜਾ ਨਰਿੰਦਰ ਸਿੰਘ ਜੀ ਦੇ ਵਿਚਾਰਾਂ ਤੋਂ ਹੋਰ ਅੱਗੇ ਸਾਂਝ ਪਾੰਦੇ ਹੋਏ ਆ ਹਾਂ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਖਾਲਸਾ ਪੰਥ ਦੀ ਬਾਗ ਡੋਰ ਮਿਲੀ ਹਾਂ ਹਾਂ ਤੇ ਮੇਰੇ ਸਤਗੁਰਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਨੇ ਹੁਣ ਬਾਗਡੋਰ ਸੰਭਾਲਨੀ ਹੈ ਹਾਂਜੀ ਤੇ ਤੁਸੀਂ ਨੇ ਇਹ ਅੱਗੇ ਬਾਗਡੋਰ ਕਿਦਾਂ ਚਲਾਣੀ ਹੈ ਤੇ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਦੇ ਬਚਨ ਇਹ ਸਗੇ ਹੂੰ ਹੂੰ ਕਿ ਮੈਂ ਹਾਂ ਉਸੇ ਪੁਰਖ ਦਾ ਦਾਸਾ ਹੂੰ ਹੂੰ ਜਿਸ ਨੇ ਕੂ ਪੰਥ ਪ੍ਰਕਾਸ਼ਾ ਹੂੰ ਹੂੰ ਠੀਕ ਹੈ ਪਾਸ਼ਾ ਹੂੰ ਹੂੰ ਤੁਸੀਂ ਨੇ ਪੰਥ ਪ੍ਰਕਾਸ਼ਿਆ ਤੇ ਹੁਣ ਮੈਂ ਤੁਹਾਡਾ ਦਾਸ ਹਾਂ ਹਮ ਤੁਸੀਂ ਜਿੱਦਾਂ ਚਲਾਸੋ ਹਮ ਉਹਨਾ ਮੈਂ ਚਲਸਾਂ ਹਮ ਤੋ ਇਹ ਸਮਰੱਥ ਗੁਰੂ ਦੀ ਹੀ ਕਿਰਪਾ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੰਡਾਈ ਹਮ ਤੇ ਪੰਥ ਦੀ ਬਾਗਡੋਰ ਸੰਭਾਲਦੇ ਹੋਇਆ ਹਮ ਲਗਭਗ 6 ਸਾਲਾਂ ਦੇ ਵਿਚਕਾਰ ਪੰਥ ਦੀਆਂ ਉਹ ਬੁਨਿਆਦਾਂ ਰੱਖੀਆਂ ਹਮ ਜਿਨ੍ਹਾਂ ਬੁਨਿਆਦਾਂ ਦੇ ਉੱਤੇ ਅੱਜ ਪੰਥ ਦੇ ਮਹਿਲ ਖੜੇ ਨੇ ਔਰ ਅੱਗੇ ਇਹ ਮਹਿਲ ਚੜਦੀ ਕਲਾ ਵਿੱਚ ਹੈਨ ਚੜਦੀ ਕਲਾ ਵਿੱਚ ਹੈਨ ਅਸੀਂ ਸ਼ਹਾਦਤ ਤੇ ਥੋੜੀ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਤੇ ਬਾਬਾ ਬੰਦਾ ਸਿੰਘ ਜੀ ਭਾਦਰ ਨੂੰ ਜਦੋਂ ਪੰਥ ਦਾ ਆਗੂ ਬਣਾ ਕੇ ਦਸਮ ਪਾਤਸ਼ਾਹ ਨੇ ਤੋੜਿਆ ਇਹਨਾਂ ਦੇ ਨਾਲ ਪੰਜ ਗੁਰਸਿੱਖ ਤਿਆਰ ਕੀਤੇ ਇਹ ਸਾਨੂੰ ਸਿਧਾਂਤ ਬਖਸ਼ਿਆ ਕਿ ਸਾਡਾ ਜਿਹੜਾ ਆਗੂ ਹੈ ਪੰਜਾਂ ਦੇ ਨਿਗਰਾਨੀ ਥਲੇ ਕੰਮ ਕਰੇਗਾ ਹੂੰ ਹੂੰ ਤੇ ਪੰਜਾਂ ਦਾ ਇਹ ਫਰਜ਼ ਬਣਦਾ ਹੈ ਕਿ ਸਾਡਾ ਆਗੂ ਕਿਤੇ ਭਟਕਦਾ ਹੈ ਤਾਂ ਪੰਜਾਂ ਚ ਪਰਮੇਸ਼ਵਰ ਹੈ ਇਸ ਨੂੰ ਸੰਭਾਲਣਾ ਹੈ ਹੂੰ ਹੂੰ ਤੇ ਸਾਡਾ ਆਗੂ ਜਿਹੜਾ ਹੈਗਾ ਵੇ ਪੰਜ ਪਿਆਰਿਆਂ ਤੋਂ ਸਲਾਹ ਨਾਲ ਆਪਣੇ ਪੈਂਡੇ ਅੱਗੇ ਚਲਾਏਗਾ ਹੂੰ ਹੂੰ ਤੇ ਹੁਣ ਉਸ ਦੌਰਾਨ ਦੇ ਇਤਿਹਾਸ ਨੂੰ ਮੁੱਖ ਰੱਖਦੇ ਹੋਇਆਂ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੋਂ ਸੇਤ ਲੈਂਦੇ ਹੋਇਆਂ ਜਦਾਂ ਆਪ ਜੀ ਨੇ ਵਚਨ ਸਾਂਝੇ ਕੀਤੇ ਕਿ ਤੁਸੀਂ ਹੁਣ ਜ਼ਾਲਿਮਾਂ ਨੂੰ ਠੱਲ ਪਾਣੀ ਹੈ ਹਮ ਹਮ ਤੁਸੀਂ ਨੇ ਦੋਸ਼ੀਆਂ ਨੂੰ ਹੁਣ ਡੰਡ ਦੇਣੇ ਨੇ ਹਮ ਹਮ ਤੇ ਇਹਨਾਂ ਨੂੰ ਥਾਪੜਾ ਦੇ ਕੇ ਜਦੋਂ ਇਸ ਕਾਰਜ ਉਸੇ ਭੇਜਿਆ ਤੇ ਨੰਢੇੜ ਤੋਂ ਪੰਜਾਬ ਵੱਲ ਆਉਂਦੇ ਹੋਇਆ ਲਗਭਗ 1 ਸਾਲ ਦੇ ਸਮੇਂ ਦੇ ਵਿਚਕਾਰ ਇਹ ਜੋਦਾ ਜਿੱਥੋਂ ਲੰਘਿਆ ਹੈ ਉੱਥੇ ਜ਼ਾਲਿਮਾਂ ਨੂੰ ਡੰਡ ਦਿੱਤੇ ਨੇ ਹਮ ਹਮ ਮਜ਼ਲੂਮਾਂ ਨੂੰ ਉਹਨਾਂ ਦੇ ਹੱਕ ਦਿਲਾਏ ਨੇ ਤੇ ਇਹਨਾਂ ਨੇ ਹੀ ਪਹਿਲੀ ਵਾਰ ਹਲਵਾਨ ਵਾਲਿਆਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਪੱਟੇ ਵੀ ਦਿੱਤੇ ਨੇ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਨੇ ਕਿ ਤੁਸੀਂ ਉਹ ਖੇਤੀ ਕਰਨ ਵਾਲੇ ਤੁਸੀਂ ਉਹ ਅੰਨ ਉਗਾਉਣ ਵਾਲੇ ਤੇ ਮਾਲਕ ਵੀ ਤੁਸੀਂ ਹੋ ਅੱਗੇ ਪੈਂਡਾ ਆਪਣਾ ਚਲਾਉਂਦੇ ਹੋਏ ਇਹ ਸਰਹੰਦ ਤੇ ਚੱਪੜ ਚਿੜੀ ਤੇ ਇਦਾਂ ਇਹ ਆਪਣੇ ਜ਼ਾਲਮਾਂ ਨੂੰ ਦੰਡ ਦਿੰਦੇ ਹੋਏ ਇਹ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਯੋਧੇ ਨੇ 6 ਸਾਲਾਂ ਦੇ ਵਿਚਕਾਰ ਜਿਹੜਾ ਜ਼ੁਲਮ ਦਾ ਨਾਸ਼ ਕੀਤਾ ਜਿਹੜਾ ਝੂਠ ਦਾ ਸਫਾਇਆ ਕੀਤਾ ਤੇ ਜਿਹੜਾ ਖਾਲਸੇ ਪੰਥ ਦੀ ਬੁਨਿਆਦਾਂ ਸਮਾਜ 'ਚ ਰੱਖੀਆਂ ਉਸ ਦਾ ਅਸਰ ਇਤਨਾ ਹੋਇਆ ਕਿ ਬਹਾਦਰ ਸ਼ਾ ਇਹਨਾਂ ਦੇ ਨਾਂ ਤੋਂ ਹੀ ਡਰਦਾ ਹਾਂ ਜੀ ਭਾਦਰ ਸ਼ਾਹ ਜਿੱਦਾਂ ਮੇਰੇ ਪਾਸ਼ਾ ਦੇ ਜ਼ਫਰਨਾਮੇ ਤੋਂ ਔਰੰਗਜ਼ੇਬ ਮਰ ਗਿਆ ਹਾਂ ਹਾਂ ਮਹਾਰਾਜ ਨੇ ਤੇ ਸੋਚ ਮਾਰਨੀ ਹੈ ਹਾਂ ਹਾਂ ਮਹਾਰਾਜ ਦੇ ਤੇ ਹੁਕਮ ਹੀ ਆਈ ਨੇ ਹਾਂ ਜੀ ਹਾਂ ਕਿ ਗਲਤ ਸੋਚ ਦਾ ਵੈਰੀਆਂ ਹਾਂ ਹਾਂ ਦੁਸ਼ਮਣੀ ਹੈ ਜ਼ਾਲਮਾਂ ਨਾਲ ਉਹ ਜ਼ਾਲਮ ਕਿੱਥੇ ਵੀ ਹੋਵੇ ਹਾਂ ਹਾਂ ਤੇ ਉਹਨਾਂ ਦੇ ਇਹੀ ਪਹਿਲੇ ਜੋਧਾ ਨੇ ਭਾਦਰ ਸ਼ਾਹ ਦੇ ਉੱਤੇ ਇਤਨਾ ਦਾ ਅਸਰ ਪਿਆ ਕਿ ਉਹ ਇਹਨਾਂ ਦੇ ਡਰ ਤੋਂ ਹੀ ਮਰਿਆ ਹਾਂ ਹਾਂ ਤੇ ਇਹਨਾਂ ਨੇ ਇਹ ਪੂਰਨੇ ਪਾਂਡੇ ਹੋਏ ਹੂੰ ਹੂੰ ਜਦੋਂ 1715 ਦੇ ਵਿਚਕਾਰ ਇਹਨਾਂ ਨੂੰ ਹਕਮਰਾਨਾਂ ਨੇ ਕੈਦ ਕੀਤਾ ਕੈਦ ਨਹੀਂ ਕਈਏ ਹੂੰ ਪੂਰਨੇ ਪੜਨੇ ਨੇ ਪਿਆਰਿਓ ਤਾਂ ਇਹ ਕੈਦ ਹੋਏ ਕਿਉਂਕਿ ਹਤੀਆਸ ਰਚਣ ਹੈ ਹੂੰ ਹੂੰ ਤੇ ਜਦੋਂ ਇਹ 1715 ਦੇ ਵਿਚਕਾਰ ਉਸ ਸਮੇਂ ਦੇ ਜ਼ਾਲਮ ਹਕਮਰਾਨਾਂ ਨੇ ਇਹਨਾਂ ਨੂੰ ਕੈਦ ਕੀਤਾ ਹੂੰ ਹੂੰ ਤੇ ਡਰ ਇਨਾਂ ਕਿਸ ਸੂਰਮੇ ਨੂੰ ਇੱਕ ਪਿੰਜਰੇ ਦੇ ਵਿੱਚਕਾਰ ਬੰਦ ਕੀਤਾ ਹਮਮ ਸ਼ੇਰ ਨੂੰ ਜਿਵੇਂ ਪਿੰਜਰੇ ਚ ਇਹਨਾਂ ਨੇ 8 ਸਾਲ ਕਹਿੰਦੇ ਖਾਲਸਾ ਰਾਜ ਵੀ ਕਾਇਮ ਕੀਤਾ ਇਹਨਾਂ ਦਾ ਖਾਲਸਾ ਰਾਜ ਆਪੀ ਦੇ ਵਚਨ ਬਿਲਕੁਲ ਠੀਕ ਨੇ ਹਮਮ ਖਾਲਸਾ ਰਾਜ ਕੀ ਹੈ ਜ਼ੁਲਮ ਦਾ ਨਾਸ਼ ਕਰਨਾ ਹਮਮ ਔਰ ਹੱਕ ਹੱਕਦਾਰ ਨੂੰ ਪਹੁੰਚਾਣਾ ਹਮ ਸੱਚ ਦਾ ਪ੍ਰਕਾਸ਼ ਕਰਨਾ ਤੇ ਝੂਠ ਦੇ ਅਗੇਂਸਟ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਖੜਨਾ ਬਾਬਰ ਨੂੰ ਜ਼ਾਬਰ ਕਹਿਣਾ ਇਹ ਖਾਲਸਾ ਰਾਜ ਇਹੀ ਹੈ ਹਾਂਜੀ ਅੱਜ ਅਗਰ ਅਸੀਂ ਕੁਝ ਥੋੜੇ ਸੁਬੇਤੀ ਗੱਲ ਕਰਦੇ ਆਂ ਤੇ ਮੇਰੇ ਪਾਸ਼ਾ ਨੇ ਇਸ ਧਰਤੀ 'ਚ ਹੀ ਖਾਲਸਾ ਰਾਜ ਚਲਾਣਾ ਹੈ ਹਾਂਜੀ ਸੱਚ ਦਾ ਰਾਜ ਚਲਾਣਾ ਹੈ ਹੂੰ ਹੂੰ ਸੋ ਜਿੱਥੇ ਬੰਦਾ ਸਿੰਘ ਬਹਾਦਰ ਜੀ ਜਾਂਦੇ ਗਏ ਉਹਨਾਂ ਨੇ ਉਹ ਆਪਣੇ 8 ਸਾਲਾਂ ਦੇ ਵਿੱਚ ਇਹ ਕਾਰਜ ਕੀਤੇ ਨੇ ਠੀਕ ਮਜ਼ਲੂਮ ਦੇ ਹੱਕ ਵਾਸਤੇ ਖੜੇ ਹੋਏ ਨੇ ਕਿਰਪਾਨ ਉੱਠੀ ਐ ਤਾਂ ਜ਼ਾਲਮ ਵਾਸਤੇ ਉੱਠੀ ਐ ਜ਼ੁਲਮ ਕਰਨ ਵਾਸਤੇ ਨਹੀਂ ਤਾਂ ਇਹ ਰਾਜ ਨੂੰ ਸਥਾਪਿਤ ਕਰਦੇ ਹੋਏ ਜਦੋਂ 1715 ਦੇ ਵਿੱਚਕਾਰ ਹੁਕਮਰਾਨਾਂ ਨੇ ਇਹਨਾਂ ਨੂੰ ਕੈਦ ਕੀਤਾ ਇਹਨਾਂ ਦੇ ਨਾਲ 740 ਸਿੰਘ ਵੀ ਕੈਦ ਹੋਏ ਜਿਨ੍ਹਾਂ ਦਾ ਇਤਿਹਾਸ ਸਭ ਤੋਂ ਵੱਡੀ ਇੱਥੇ ਸਾਡੇ ਪੱਖ ਵਿੱਚ ਬੜੀ ਸੋਹਣੀ ਗੱਲ ਹੈ ਹਮੂਮਨ ਮੈਂ ਅਗਰ ਆਪਣੇ ਸਿੱਖੀ ਦਾ ਇਤਿਹਾਸ ਲਿਖਾਂਗਾ ਕਿਧਰੇ ਨੇ ਕਿਧਰੇ ਜਾ ਕੇ ਮੈਂ ਪੋਰਸ਼ਲਿਟੀ ਕਰ ਜਾਵਾਂਗਾ ਕਿਉਂ ਕਿਉਂਕਿ ਮੈਂ ਸਿੱਖੀ ਨੂੰ ਬਿਲੋਂਗ ਕਰ ਰਿਹਾ ਸਾਡੇ ਕੋਲ ਸਰੋਤ ਜਿਹੜੇ ਹੈਗੇ ਨੇ ਸਾਡੇ ਵਿਰੋਧੀ ਧੜੇ ਤੋਂ ਨੇ ਜਿਨ੍ਹਾਂ ਨੇ ਉਸ ਸਮੇਂ ਦੇ ਟਾਈਮ ਨੂੰ ਆਪਣੀਆਂ ਲਿਖਤਾਂ ਦੇ ਵਿਚਾਰ ਰੱਖਿਆ ਹੈਗਾ ਸਾਨੂੰ ਅੱਜ ਉਹਨਾਂ ਲਿਖਤਾਂ ਤੋਂ ਜੋੜੀ ਸੇਤ ਮਿਲਦੀ ਪਈਗੀ ਉਹ 100% ਠੀਕ ਮਿਲ ਰਹੀ ਹੈ ਕਿਉਂਕਿ ਉਹਨਾਂ ਨੇ ਉਹ ਵਾਕਿਆ ਜ਼ਾਹਿਰ ਕੀਤਾ ਜਿੱਥੇ ਸਾਨੂੰ ਬੜੇ-ਬੜੇ ਅਪਸ਼ਬਦਾਂ ਨਾਲ ਵੀ ਉਹਨਾਂ ਨੇ ਨੁਅਜੇ ਹੂੰ ਤੇ ਲੇਕਿਨ ਸਚਾਈ ਸਾਹਮਣੇ ਆਈ ਹੈ ਕਿ ਸ਼ਹਾਦਤ ਕਿੱਦਾਂ ਹੋਈ ਕਿੱਦਾਂ ਆਏ ਬੰਦਾ ਸਿਕ ਬਾਂਦਰ ਜੀ ਨੇ ਤਸੀਹ ਆਪਣੇ ਤੇ ਸਹੇ ਹਾਂਜੀ ਕਿੱਦਾਂ 700 ਸਿੰਘਾਂ ਨੇ ਇਹ ਤਸੀਹ ਸਹੇ ਹੂੰ ਹੂੰ ਇਹ ਸਾਰਾ ਵਾਕਿਆ 1715 ਦੇ ਸਪਟੈਂਬਰ ਤੋਂ ਲੈ ਕੇ ਤੇ ਜੂਨ 1716 ਤੱਕ ਇਹ ਸ਼ਹਾਦਤ ਤਿਆਰ ਕੀਤੀ ਗਈ ਦਿਮਾਗੀ ਤੌਰ ਤੇ ਸਾਨੂੰ ਢਾਣ ਪਾਣ ਦੀ ਜੋ ਕਿ ਉਹ कामयाब ਨਹੀਂ ਹੋਏ ਤੇ ਪੰਥ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਹਿਨਮਾਈ ਵਿੱਚ ਚੜ੍ਹਦੀ ਕਲਾ ਵਿੱਚ ਨਿਖਰ ਕੇ ਆਇਆ ਸੋ ਗੁਰੂ ਪਿਆਰਿਓ ਆਪ ਜੀ ਨੇ ਇਹ ਲਸਾਨੀ ਕੁਰਬਾਨੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੂੰ ਅਣਮਨੁੱਖੀ ਤਸੀਹੇ ਦੇ ਦੇ ਕੇ ਕੋਹ ਕੋਹ ਕੇ ਮਾਰਿਆ ਗਿਆ ਚੰਬੂਰਾਂ ਦੇ ਨਾਲ ਉਹਨਾਂ ਦੇ ਤਨ ਦਾ ਮਾਸ ਖਿੱਚਿਆ ਗਿਆ ਤੇ ਨਾਲ ਸਭ ਤੋਂ ਵੱਡੀ ਜੋ ਦਿਲ ਦਹਿਲਾਣ ਵਾਲੀ ਗੱਲ ਉਹਨਾਂ ਦਾ ਪੁੱਤਰ ਅਜੇ ਸਿੰਘ 4 ਸਾਲ ਦਾ ਏ ਉਸ ਨੂੰ ਕਤਲ ਕਰਕੇ ਉਸ ਦਾ ਦਿਲ ਬੰਦੇ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਗਿਆ ਤੇ ਗੁਰੂ ਪਿਆਰਿਓ ਇਹ ਕਿੰਨੀ ਵੱਡੀ ਸ਼ਹਾਦਤ ਹੈ ਕਿ ਇਤਨੇ ਗੁਰਸਿੱਖ ਨਾਲ ਨੇ ਪਰ ਉਹ ਡੋਲੇ ਨਹੀਂ ਕਹਿੰਦੇ ਨੇ ਕਿ ਹਰ ਸਿੱਖ ਨੂੰ ਪੁੱਛਿਆ ਜਾ ਰਿਹਾ ਏ ਕਿ ਤੂੰ ਕਿਰਪਾਨ ਦੇ ਬਲਾਂ ਕੇ ਜਾਂ ਕੁਰਾਨ ਦੇ ਬਲ ਹੈ ਸਭ ਕਹਿੰਦੇ ਨੇ ਕਿ ਕਿਰਪਾਨ ਦੇ ਬਲਾਂ ਕਹਿੰਦੇ ਚਲਦਿਆਂ ਚਲਦਿਆਂ ਇੱਕ ਗੁਰਸਿੱਖ ਨੇ ਹੱਥ ਖੜਾ ਕੀਤਾ ਕਹਿਣ ਲਗਾ ਕਿ ਤੁਸੀਂ ਵਾਰ-ਵਾਰ ਹਰੇਕ ਨੂੰ ਪੁੱਛਦੇ ਹੋ ਕਿ ਕੁਰਾਨ ਵੱਲ ਕੇ ਕਿਰਪਾਨ ਵੱਲ ਉਸ ਨੇ ਹੱਥ ਖੜਾ ਕਰਕੇ ਆਖਿਆ ਕਿ ਅਸੀਂ ਸਾਰੇ ਕਿਰਪਾਨ ਦੇ ਵੱਲ ਆ ਇਸ ਕਰਕੇ ਉਹਨਾਂ ਨੇ ਇਹ ਸ਼ਹਾਦਤ ਦੇ ਜਾਮ ਪੀਤੇ ਬਾਬਾ ਬੰਦਰ ਬੰਦਾ ਸਿੰਘ ਜੀ ਬਹਾਦਰ ਤੇ ਇਹਨਾਂ ਦੀ ਇਹ ਕੁਰਬਾਨੀ ਸ਼ਹੀਦ ਸ਼ਹੀਦੀ ਹੋਈ ਤੇ ਅੱਜ ਅਸੀਂ ਉਹਨਾਂ ਦਾ ਉਹ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਗੁਰੂ ਪਿਆਰਿਓ ਇਹਨਾਂ ਸ਼ਹੀਦੀ ਦਿਹਾੜਿਆਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਡੇ ਵਿੱਚ ਵੀ ਕੋਈ ਅਸੀਂ ਦ੍ਰਿੜਤਾ ਹੈ ਜਾਂ ਕਿ ਥੋੜਾ ਜਿਹਾ ਸੰਕਟ ਪੈਣ ਤੇ ਕੀ ਅਸੀਂ ਡੋਲ ਜਾਂਦੇ ਹਾਂ ਗੁਰੂ ਪਿਆਰਿਓ ਜਿਨ੍ਹਾਂ ਦਾ ਪਿਤਾ ਅਡੋਲ ਹੈ ਉਹ ਕਦੇ ਡੋਲਦੇ ਨਹੀਂ ਉਹਨਾਂ ਨੂੰ ਪਤਾ ਕਿ ਗੁਰੂ ਦਾ ਥਾਪੜਾ ਸਾਡੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਕਿੰਨੀ ਕਿਰਪਾ ਹਰਨਾਮ ਦਿਓ ਇਸ ਕਰਕੇ ਸਾਨੂੰ ਵੀ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ ਕਿ ਗੁਰੂ ਦੇ ਬਚਨਾਂ ਤੋਂ ਅਸੀਂ ਕਦੇ ਵੀ ਖਿਸਕੀ ਨਾ ਪਾਵੇ ਕਿ ਸਾਨੂੰ ਕਿੰਨੇ ਵੀ ਤੁਸੀਂ ਇਹ ਸਹਣੇ ਪਹਿਣ ਪਹਿਣ ਸੋ ਇਹ ਸਭ ਕੁਝ ਕੁਰਬਾਨੀਆਂ ਦੇ ਕੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਝੋਲੀ ਵਿੱਚ ਕੀ ਪਾਇਆ ਸਭ ਤੋਂ ਵੱਡੀ ਸੋਚਣ ਦੀ ਸਮਝਣ ਦੀ ਇਹ ਗੱਲ ਹੈ ਬੜੀਆਂ ਕੁਰਬਾਨੀਆਂ ਹੋਈਆਂ ਪਰਿਵਾਰ-ਵਾਰ ਦਿੱਤਾ ਸਾਡੇ ਤੋਂ ਇਸ ਮਨੁੱਖਤਾ ਦੀ ਝੋਲੀ ਵਿੱਚ ਪਾਏ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿ ਅੱਜ ਤੋਂ ਲੈ ਕੇ ਇਹ ਸਾਰੀ ਮਨੁੱਖਤਾ ਦੇ ਗੁਰੂ ਨੇ ਵਾਹਿਗੁਰੂ ਇਸ ਗੁਰੂ ਦੇ ਨਾਲ ਜੁੜੋ ਪੜੋ ਸੁਣੋ ਵਿਚਾਰੋ ਤੇ ਆਪਣੇ ਜੀਵਨ ਦੇ ਵਿੱਚ ਉਹ ਤਾਕਤ ਪੈਦਾ ਕਰੋ ਜਿਸ ਦੇ ਨਾਲ ਅਡੋਰ ਹੋ ਕੇ ਜ਼ਿੰਦਗੀ ਜਿਉਣੀ ਹੈ ਨਿਰਪਾਉ ਹੋ ਕੇ ਨਿਰਬੈਰ ਹੋ ਕੇ ਗੁਰੂ ਪਿਆਰਿਓ ਕਦ ਤੱਕ ਅਸੀਂ ਆਪਣੀ ਜ਼ਿੰਦਗੀ ਇਹ ਉਦਾਸੀ ਇਮਰਝਾ ਕੇ ਡਰ ਡਰ ਕੇ ਕੱਟਦੇ ਰਹਾਂਗੇ ਸੋ ਜਿਨ੍ਹਾਂ ਨੇ ਗੁਰਬਾਣੀ ਦਾ ਗਿਆਨ ਆਪਣੇ ਹਿਰਦੇ ਅੰਦਰ ਵਸਾਇਆ ਏ ਵਾਹਿਗੁਰੂ ਉਹ ਮਨ ਨਾ ਡਿਗੇ ਤਨ ਕਾਹੇ ਕੋ ਡਰ ਆਏ ਸਤਿਵਚਨ ਜੀ ਮਨ ਨਾ ਡਿਗੇ ਤਨ ਕਾਹੇ ਕੋ ਡਰ ਆਏ ਹਾਂਜੀ ਮੈਂ ਇੱਥੇ ਵੀਰ ਨਰਿੰਦਰ ਸਿੰਘ ਜੀ ਦੀਆਂ ਵਿਚਾਰਾਂ ਚ ਅੱਗੇ ਸਾਹ ਜ ਪਾਉਂਦਾ ਹਾਂ ਹਾਂਜੀ ਕਿ ਮਨ ਨਾ ਡਿਗੇ ਤਨ ਕਾਹੇ ਕੋ ਡਰ ਆਏ ਇਹ ਮੇਰੇ ਸਤਗੁਰਾਂ ਦੀ ਬਖਸ਼ਿਸ਼ ਹੈ ਜੋ ਸਾਨੂੰ ਸ਼ਬਦ ਨਾਲ ਜੋੜ ਕੇ ਮਹਾਰਾਜ ਨੇ ਦ੍ਰਿੜਤਾ ਬਖਸ਼ੀ ਹੈ ਬਿਲਕੁਲ ਤੇ ਜਦੋਂ ਮੇਰੇ ਪਾਤਸ਼ਾਹ ਨੇ ਇੱਕ ਕਿਰਪਾ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਕੀਤੀ ਤੇ ਹੁਣ ਇਹਨਾਂ ਦੀ ਸ਼ਹਾਦਤ ਦੇ ਅਸੀਂ ਸੰਦਰਭ ਵਿੱਚ ਇੱਥੇ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ ਤੇ ਹੁਣ ਜਦੋਂ ਉਹ ਹੁਕਮਰਾਨਾਂ ਦੇ ਕੈਦ ਵਿੱਚ ਨੇ ਤੇ ਉਹਨਾਂ ਦੀ 60 ਸਾਲ ਦੀ ਮਨ ਨੂੰ ਡਿਗਾਨ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਹਾਰ ਜਾਂਦੇ ਨੇ ਤੇ ਫਿਰ ਉਹ ਤੈਅ ਕਰਦੇ ਨੇ ਕਿ ਇਹਨਾਂ ਨੂੰ ਹੁਣ ਤਸੀਹੇ ਦਿੱਤੇ ਜਾਣ ਤੇ ਇਹਨਾਂ ਨੂੰ ਸਰੀਰ ਤੋਂ ਦੁਖੀ ਕੀਤਾ ਜਾਏ ਤੇ ਉਹ ਜਗ੍ਹਾ ਮੁقرਰ ਕੀਤੀ ਜਾਂਦੀ ਹੈਗੀ ਹੈ ਬਹਾਦਰ ਸ਼ਾਹ ਦੀ ਕਬਰ ਦੇ ਸਾਹਮਣੇ ਕਿਉਂਕਿ ਬਹਾਦਰ ਸ਼ਾਹ ਇਹਨਾਂ ਦੇ ਡਰ ਤੋਂ ਹੀ ਮਰ ਜਾਂਦਾ ਹੈ ਹੂੰ ਹੂੰ ਤੇ ਜਗ੍ਹਾ ਤੈਅ ਕੀਤੀ ਜਾਂਦੀ ਹੈ ਬਹਾਦਰ ਸ਼ਾਹ ਦੀ ਕਬਰ ਦੇ ਸਾਹਮਣੇ ਇਹਨਾਂ ਨੂੰ ਤਸੀਹੇ ਦਿੱਤੇ ਜਾਣ ਜਿਨ੍ਹਾਂ ਨੂੰ 7 ਸਾਲ ਉਹ 7 ਮਹੀਨੇ ਮਾਫ ਕਰਿਆ ਜੀ 7 ਮਹੀਨੇ ਅਸੀਂ ਦਿਮਾਗੀ ਤੌਰ ਤੋਂ ਨਹੀਂ ਹਿਲਾ ਸਕੇ ਤੇ ਆਓ ਇਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਏ ਤੇ ਬੰਦਾ ਸਿੰਘ ਬਹਾਦਰ ਜੀ ਔਰ 740 ਸਿੰਘਾਂ ਵਿੱਚੋਂ ਜਿਹੜੇ ਸਿੰਘ ਇਹਨਾਂ ਨੇ ਕੁਝ ਸ਼ਹੀਦ ਕਰਕੇ ਤੇ ਉਹਨਾਂ ਦੇ ਸਿਰ ਇਹਨਾਂ ਦੇ ਸਾਹਮਣੇ ਪੇਸ਼ ਕੀਤੇ ਬੰਦਾ ਸਿੰਘ ਬਹਾਦਰ ਦੇ ਕਿ ਇਹ ਤੋਂ ਡਰਣਗੇ ਤੇ ਉਹ ਸ਼ਹਾਦਤ ਦਾ ਜਾਮ ਉੱਠੇ ਜੜਾ ਵਾਪਰਿਆ ਉਹਨਾਂ ਨੂੰ ਸਿਰ ਦਿਖਾ ਕੇ ਡੋਲਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਬੰਦਾ ਸਿੰਘ ਬਹਾਦਰ ਜੀ ਨੇ ਨੇਤਰ ਆਪਣੇ ਬੰਨ੍ਹ ਕੀਤੇ ਤੇ ਉਹ ਹੁਕਮਰਾਨ ਪੁੱਛਦਾ ਕੀ ਗੱਲ ਹੈ ਡਰ ਗਏ ਹੋ ਹੂੰ ਹੂੰ ਕਹਿੰਦੇ ਪਿਆਰਿਓ ਇਸ ਗੱਲ ਤੋਂ ਨਹੀਂ ਡਰਿਆ ਕਿ ਤੁਸੀਂ ਇਹ ਸਿੰਘ ਸ਼ਹੀਦ ਕਰ ਦਿੱਤੇ ਬਲਕਿ ਮੈਂ ਆਪਣੇ ਪਾਸ਼ਾਗੇ ਇਹ ਬੇਨਤੀ ਕਰ ਰਹੇ ਆ ਕਿ ਜਥੇਦਾਰ ਮੈਂ ਹਾਂ ਤੇ ਸ਼ਹਾਦਤ ਮੇਰੇ ਸਿੰਘ ਲੈnde ਪੈਨੇ ਤੇ ਮੇਰੇ ਤੇ ਕਿਰਪਾ ਛੇਤੀ ਕਰੋ ਇਹ ਸੂਰਮੇ ਨੇ ਉਹ ਸ਼ਬਦ ਸੀਗੇ ਤੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈਗਾ ਕਿ ਤੁਹਾਨੂੰ ਹੁਣ ਸ਼ਹਾਦਤ ਕਿਦਾਂ ਦੀ ਦਿੱਤੀ ਜਾਏ ਤੇ ਕਹਿੰਦੇ ਨੇ ਜਿੱਥੋਂ ਤੱਕ ਜਾ ਸਕਦੇ ਹੋ ਜਾਓ ਇੰਨੀ ਵੱਧ ਤੋਂ ਵੱਧ ਸ਼ਹਾਦਤ ਦਿਓ ਕਿ ਮੈਂ ਵੀ ਤੇ ਅਜ਼ਮਾ ਲਵਾਂ ਕਿ ਜਿੱਦੇ ਸਿਰ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਹੱਥ ਹੈ ਉਹ ਕਿੰਨੀ ਕੁ ਸ਼ਹਾਦਤ ਸਹਿ ਸਕਦਾ ਹੈ ਇਹ ਫਿਰ ਇਤਿਹਾਸ ਜੋ ਵਾਪਰਿਆ ਉਹ ਕਿਸੇ ਮੇਰੇ ਮੇਰੇ ਧੜੇ ਦੇ ਲਿਖੇ ਹੋਏ ਪਿਆਰੇ ਦਾ ਨਹੀਂ ਸਾਡੇ ਵਿਰੋਧੀ ਧੜੇ ਦੇ ਆ ਲਿਖਿਓਈਆਂ ਲਿਖਤਾਂ ਨੇ ਕਿ ਉਹਨਾਂ ਨੂੰ ਇਤਨੇ ਤਸੀਹੇ ਦਿੱਤੇ ਗਏ ਇੱਕ ਅੱਖ ਕੱਢੀ ਗਈ ਦੂਜੀ ਅੱਖ ਕੱਢੀ ਗਈ ਮਾਸ ਨੋਚਿਆ ਗਿਆ ਗਰਮ ਸਲਾਖਾਂ ਪਾਈਆਂ ਗਈਆਂ ਤੇ ਜਦੋਂ ਇੱਥੋਂ ਵੀ ਉਹਨਾਂ ਦਾ ਪੇਸ਼ ਨਹੀਂ ਗਿਆ ਤੇ ਉਹਨਾਂ ਦੇ ਛੋਟੇ ਜਿਹੇ ਲਾਲ ਅਜੇ ਸਿੰਘ ਜੀ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੁਖੇ ਚ ਪਾਇਆ ਗਿਆ ਤੇ ਫਿਰ ਵੀ ਇਹ ਗੁਰੂ ਦਾ ਪਿਆਰਾ ਪੰਚਮ ਪਾਸ਼ਾ ਦੀ ਸਿੱਖ ਤੇ ਤੇਰਾ ਭਾਣਾ ਮੀਠਾ ਲਾਗੇ ਦੇ ਸਿਧਾਂਤ ਤੇ ਕਾਇਮ ਰਹਿ ਕੇ ਸਾਡੇ ਵਾਸਤੇ ਉਹ ਮਿਸਾਲਾਂ ਕਾਇਮ ਕਰ ਗਿਆ ਉਹ ਬੁਨਿਆਦਾਂ ਉਹ ਜੜਾ ਖਾਲਸਾ ਰਾਜ ਵਸ ਕੇ ਬਖਸ਼ ਕੇ ਗਿਆ ਹੈ ਜਿਹੜਾ ਕੁਝ ਸਮਾਂ ਵਿੱਚ ਗਾਇਬ ਤੋਂ ਬਾਅਦ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੱਗੇ ਵਧਾਇਆ ਤੇ ਅੱਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਅੱਗੇ ਵੀ ਇਨ੍ਹਾਂ ਯੋਧਿਆਂ ਦੇ ਨਾਲ ਹੀ ਔਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਤੇ ਇਨ੍ਹਾਂ ਸ਼ਹਾਦਤਾਂ ਦੀਆਂ ਬੁਨਿਆਦਾਂ ਨਾਲ ਇਹ ਰਾਜ ਅੱਗੇ ਚੜ੍ਹਦੀ ਕਲਾ ਵਿੱਚ ਹੋਣਾ ਹੈ ਸੋ ਅੱਜ ਜੋ ਅਸੀਂ ਇਸ ਸ਼ਹਾਦਤ ਦੇ ਦਿਹਾੜੇ ਦੀ ਵਿਚਾਰ ਤੇ ਤੇ ਸ਼ਰਧਾਂਜਲੀ ਚ ਅੱਜ ਜੁੜ ਬੈਠੇ ਆਂ ਤੇ ਦਾਸ ਦੀ ਔਰ ਵੀਰਵਾਲੋਂ ਵੀ ਸੰਗਤ ਅੱਗੇ ਬੇਨਤੀ ਹੈ ਕਿ ਇਹਨਾਂ ਸੂਰਮਿਆਂ ਨੂੰ ਸ਼ਹਾਦਤ ਦੇ ਫੁੱਲ ਅਰਪਣ ਕਰਨੇ ਹਨ ਤਾਂ ਆਪਣੇ ਨਿਤਨੇਮ ਵਿੱਚ ਇੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਸਾਨੂੰ ਇਹਨਾਂ ਨੂੰ ਸ਼ਹਾਦਤ ਨੂੰ ਸਮਰਪਣ ਕਰਕੇ ਇਹ ਫੁੱਲ ਜਪਜੀ ਸਾਹਿਬ ਦੇ ਪਾਠ ਭੇਟ ਕਰਨੇ ਚਾਹੀਦੇ ਨੇ ਭਗਤੀ ਪੂਰ ਨੇ ਜਿਹੜੇ ਹੈਗੇ ਨੇ ਇਹ ਸਾਡੇ ਪੰਥ ਦੇ ਵਾਸਤੇ ਸਦੀਵੀ ਚੜਦੀ ਕਲਾ ਵਾਲੇ ਹਨ ਇਹਨਾਂ ਤੋਂ ਅਸਰ ਛੇਤ ਲੈਣੀ ਹੈ ਤਾਂ ਇਤਨੀ ਕੋ ਵਿਚਾਰਾਂ ਸਾਂਝ ਕਰਦੇ ਆਂ ਫਟੇ ਬੁਲਾਉਣਾ ਗੁਰੂ ਪਿਆਰਿਓ ਗੱਲ ਬਾਣੀ ਤੇ ਹੀ ਖਤਮ ਹੁੰਦੀ ਹੈ ਵਾਹਿਗੁਰੂ ਬਾਣੀ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਬਾਣੀ ਤੇ ਹੀ ਖਤਮ ਹੁੰਦੀ ਹੈ ਸੱਤ ਵਚਨ ਇਹ ਕਹਿਣਾ ਬਹੁਤ ਸੌਖਾ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸ਼ਤਾਰੇ ਪਰ ਮੰਨਣਾ ਮੰਨਣਾ ਬੜਾ ਔਖਾ ਹੈ ਵਾਹਿਗੁਰੂ ਕਿਉਂਕਿ ਸਤਿਗੁਰੂ ਦੀ ਗੱਲ ਅਸੀਂ ਬਹੁਤ ਘੱਟ ਮੰਨਦੇ ਆਂ ਭਾਵੇਂ ਕਿ ਬਾਣੀ ਪੜ੍ਹਦੇ ਵੀ ਆਂ ਸੁਣਦੇ ਵੀ ਆਂ ਕਥਾ ਵਿਚਾਰਾ ਸਭ ਕੁਝ ਹੁੰਦਾ ਏ ਪਰ ਜਿੱਥੇ ਮੰਨਣ ਦੀ ਗੱਲ ਆਉਂਦੀ ਐ ਪ੍ਰੈਕਟੀਕਲ ਉੱਥੇ ਅਸੀਂ ਬਹੁਤ ਸਾਰੇ ਤੇ ਥਿਰਕ ਜਾਂਦੇ ਆਂ ਸੋ ਗੁਰੂ ਪਿਆਰਿਓ ਆਪਣੇ ਜੀਵਨ ਨੂੰ ਸਮਰਪਿਤ ਕਰ ਦਿਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਗੁਰੂ ਪਾਤਸ਼ਾਹ ਦੇ ਜਿਤਨੇ ਵੀ ਅ ਸ਼ਰਦਾ ਦੇ ਵਿੱਚ ਆਪਾ ਡੁੱਬ ਸਕਦੇ ਆਂ ਪ੍ਰੇਮ ਵਿੱਚ ਡੁੱਬ ਸਕਦੇ ਆਂ ਸਾਨੂੰ ਡੁੱਬ ਜਾਣਾ ਚਾਹੀਦਾ ਹੈ ਤਾਂ ਕਿ ਤਾਨੁਸ਼੍ਰੀ ਗੁਰੂ ਗ੍ਰੰਥ ਸਾਹਿਬਹ ਜੀ ਤੋਂ ਆਪਾਂ ਉਹ ਸੇਧ ਲੈ ਸਕੀਏ ਜਿਸ ਵਾਸਤੇ ਸਾਨੂੰ ਜੀਵਨ ਪ੍ਰਾਪਤ ਕੀਤਾ ਹੈ ਸੋ ਤਾਨੁਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਐਸਾ ਪੈਦਾ ਕੀਤਾ ਹੈ ਕਿ ਇਸ ਦੀ ਬਾਹਰੋਂ ਦੇਖੇ ਹੀ ਨਹੀਂ ਕਿ ਬਾਹਰੋਂ ਇਹ ਖਾਲਸਾ ਦਿਸਦਾ ਹੈ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਉਸ ਦੇ ਅੰਦਰ ਜੋਤ ਜਗਾਈ ਹੈ ਕਿ ਇਹ ਬਾਹਰੋਂ ਵੀ ਤੇ ਅੰਦਰੋਂ ਵੀ ਇੱਕੋ ਹੀ ਹੈ ਤੇ ਜਿਨ੍ਹਾਂ ਨੇ ਸੱਚ ਦਾ ਦੀਵਾ ਜਗਾਇਆ ਸੱਚ ਦਾ ਉਪਦੇਸ਼ ਦਿੱਤਾ ਏ ਗੁਰੂ ਪਿਆਰਿਓ ਅੱਜ ਦਾ ਜੋ ਸ਼ਬਦ ਹੈ ਤਨਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹਨਾਂ ਨੇ ਵੀ ਸਾਨੂੰ ਸੱਚ ਦਾ ਉਪਦੇਸ਼ ਦਿੱਤਾ ਏ ਸੱਚ ਨਾਲ ਜੁੜਿਆ ਏ ਕਿ ਅਸੀਂ ਕੋਈ ਪੇਖ ਦਿਖਾਉਣ ਵਾਸਤੇ ਸਖੀਨੇ ਧਾਰਨ ਕਰਨੀ ਕਿਉਂਕਿ ਗੁਰਬਾਣੀ ਪੇਖਾਂ ਦੇ ਖਿਲਾਫ ਹੈ ਪੇਖ ਨਹੀਂ ਬਣਾਉਣਾ ਕਿਉਂਕਿ ਜਿਨ੍ਹਾਂ ਨੇ ਪੇਖ ਧਾਰੀਆਂ ਨੇ ਪੇਖ ਧਾਰਨ ਕਰਕੇ ਦੁਨੀਆ ਨੂੰ ਲੁੱਟਿਆ ਉਹ ਤੇ ਬਹੁਤ ਨੇ ਜਿਨ੍ਹਾਂ ਨੇ ਗੇਰੂ ਰੰਗੇ ਕੱਪੜੇ ਪਾਏ ਕਾਲੇ ਕੱਪੜੇ ਪਾ ਲਏ ਚਿੱਟੇ ਕੱਪੜੇ ਪਾ ਲਏ ਜਿਨ੍ਹਾਂ ਧਾਰਨ ਕੀਤੀਆਂ ਤੇ ਐਸੇ ਜੋ ਲੋਕ ਸਨ ਉਹਨਾਂ ਨੇ ਦੁਨੀਆ ਨੂੰ ਸਿਰਫ ਲੁੱਟਿਆ ਹੀ ਹੈ ਪੱਲੇ ਕੁਝ ਨਹੀਂ ਪਾਇਆ ਆਪ ਜੀ ਨੇ ਇਤਿਹਾਸ ਸਰਬਨ ਕੀਤਾ ਹੈ ਨਾ ਕਿ ਜੋ ਮਾਦਉਦਾਸ ਬੇਰਾਗੀ ਉਸਦੇ ਕੋਲ ਸ਼ਕਤੀਆਂ ਬੜੀਆਂ ਸਨ ਵਾਹਿਗੁਰੂ ਪਰ ਉਸਦੇ ਨਾਲ ਕੁਝ ਸਵਾਰਿਆ ਨਹੀਂ ਲੋਕਾਂ ਨੂੰ ਡਰਾਇਆ ਹੀ ਹੈ ਤੇ ਲੋਕੀ ਡਰਦੇ ਹਰ ਹਰ ਕਰਦੇ ਲੋਕਾਂ ਨੂੰ ਡਰਾਉਂਦੇ ਨੇ ਕਿ ਸਾਡੀ ਸੇਵਾ ਕਰੋ ਸਾਡੀ ਭੇਟਾ ਕਰੋ ਜੇ ਕਰੋਗੇ ਤੇ ਅਸੀਂ ਤੁਹਾਨੂੰ ਵਰ ਦਿਆਂਗੇ ਨਹੀਂ ਕਰੋਗੇ ਤੇ ਅਸੀਂ ਸਰਾਪ ਦੇਾਂਗੇ ਲੋਕੀ ਡਰਦੇ ਸੇਵਾ ਕਰੀ ਜਾਂਦੇ ਨੇ ਪਰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਕਿ ਇਹ ਬੰਦੇ ਬਾਹਰੋਂ ਦੇਖ ਕੈਸੀ ਵੀ ਹੋਵੇ ਪਰ ਅੰਦਰੋਂ ਉਸ ਪ੍ਰਮਾਤਮਾ ਦੇ ਨਾਲ ਇਤਨਾ ਜੁੜਨਾ ਹੈ ਕਿ ਤੇਰੇ ਤੇ ਕਿਤਨਾ ਵੀ ਕੋਈ ਜਲਮ ਕਰੇ ਸੱਚ ਦੇ ਖਿਲਾਫ ਕੋਈ ਕਿਤਨਾ ਵੀ ਤੇਰੇ ਤੇ ਵਾਰ ਕਰੇ ਤੂੰ ਡੋਲੇ ਨਾ ਇਤਿਹਾਸ ਭਰਿਆ ਪਿਆ ਏ ਗੁਰਸਿੱਖਾਂ ਦੇ ਨਾਲ ਜਿਨ੍ਹਾਂ ਨੇ ਖੂਪਰੀਆਂ ਤੇ ਲਹਾਂ ਲਈਆਂ ਪਰ ਉਹ ਡੋਲੇ ਨਹੀਂ ਤਨ ਆਰਿਆਂ ਨਾਲ ਚਰਾਲੇ ਪਰ ਡੋਲੇ ਨਹੀਂ ਉਬਲਿੰਦੀ ਅਦੇਗਾ ਵਿੱਚ ਉਬਾਲੇ ਗਏ ਪਰ ਡੋਲੇ ਨਹੀਂ ਗੁਰੂ ਪਿਆਰਿਓ ਅਸੀਂ ਐਸੀ ਅਵਸਥਾ ਕਦੋਂ ਪ੍ਰਾਪਤ ਕਰਾਂਗੇ ਵਾਹਿਗੁਰੂ ਉਹਨਾਂ ਨੂੰ ਜਿਹੜੀ ਅਵਸਥਾ ਪ੍ਰਾਪਤ ਹੋਈ ਹੈ ਅਸੀਂ ਸਿਰਫ ਉਹਨਾਂ ਦੇ ਇਤਿਹਾਸ ਪੜ੍ਹਦੇ ਆਂ ਪਰ ਕਦੇ ਯਤਨ ਨਹੀਂ ਕਰਦੇ ਕਿ ਉਹ ਅਵਸਥਾ ਸਾਨੂੰ ਵੀ ਪ੍ਰਾਪਤ ਹੋਵੇ ਗੁਰੂ ਪਾਤਸ਼ਾਹ ਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਅੱਜ ਦਾ ਜੋ ਸ਼ਬਦ ਹੈ ਬੋਪੇਖ ਕਰ ਪਰਮਾਈਏ ਬੋਪੇਖ ਪੇਖੇ ਪ੍ਰਭੂ ਨ ਲਬਈ ਪੇਖ ਕਿਤਨਾ ਵੀ ਕੋਈ ਧਾਰਨ ਕਰ ਲਏ ਕਿੱਥੇ ਪ੍ਰਮਾਤਮਾ ਮਿਲਦਾ ਹੈ ਕਿਉਂਕਿ ਪ੍ਰਮਾਤਮਾ ਤੇ ਮਿਹਰਦਾਏ ਜਿਨ੍ਹਾਂ ਦਾ ਅੰਤਿਸ਼ਕਰਨ ਸ਼ੁੱਧ ਹੁੰਦਾ ਏ ਅੰਦਰੋਂ ਗੁਰਸਿੱਖ ਅੰਦਰੋਂ ਜੁੜੇ ਸੀ ਉਹਨਾਂ ਦੇ ਵਿੱਚ ਤਾਂ ਐਸੀ ਸ਼ਕਤੀ ਸੀ ਗੁਰੂ ਪਿਆਰਿਓ ਉਹਨਾਂ ਨੂੰ ਪਤਾ ਸੀ ਕਿ ਗੁਰੂ ਦਾ ਜੋ ਹੱਥ ਹੈ ਉਹ ਸਾਡੇ ਸਿਰ ਤੇ ਹੈ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕਿਹਦਾ ਪਾਵੇ ਇਸ ਕਰਕੇ ਪਖੰਡੀਆਂ ਨੂੰ ਤੇ ਗੁਰੂ ਪਾਤਸ਼ਾਹ ਜੀ ਨੇ ਲਾ ਲਾ ਕੇ ਮਾਰਿਆ ਹੈ ਪਰ ਗੁਰੂ ਪਿਆਰਿਓ ਉਸ ਵੇਲੇ ਵੀ ਇਹ ਪਖੰਡੀ ਸਨ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਵੱਡੇ ਵੱਡੇ ਜੋ ਸੰਿਆਸੀ ਸਨ ਜੋਗੀ ਸਨ ਉਹਨਾਂ ਦੇ ਨਾਲ ਇਹ ਗਿਆਨ ਗੋਸ਼ਟੀ ਹੁੰਦੀ ਰਹੀ ਉਹ ਹਾਰਦੇ ਰਹੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਗਏ ਅੱਜ ਗੁਰੂ ਪਿਆਰਿਓ ਆਪਾਂ ਵੇਖਦੇ ਹਾਂ ਕਿ ਅੱਜ ਵੀ ਪੇਖਾਂ ਦੇ ਵਿੱਚ ਬਹੁਤ ਸਾਰੇ ਲੋਕੇ ਹੋਏ ਨੇ ਬਹੁਤ ਬਹੁਤ ਸਾਰੇ ਦੁਨੀਆ ਨੂੰ ਮਗਰ ਲਾਇਆ ਹੋਇਆ ਹੈ ਕਦੋਂ ਅਸੀਂ ਸੋਚਾਂਗੇ ਕਿ ਐਸੀਆਂ ਕੁਰਬਾਨੀਆਂ ਦੇ ਕੇ ਪਰਿਵਾਰ-ਵਾਰ ਕੇ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕੀਤੀ ਹੈ ਤੇ ਕਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਾਪ ਕਥਾ ਕੀਰਤਨ ਵਿਚਾਰਾਂ ਤੇ ਸਤ ਕਦੋਂ ਅਸੀਂ ਸਤਗੁਰੂ ਕੇ ਬਚਨ ਕਮਾਵਨੇ ਤੇ ਇਹਨਾਂ ਬਚਨਾਂ ਨੂੰ ਅਸੀਂ ਕਦੋਂ ਕਮਾਵਾਂਗੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਗੁਰੂ ਪਿਆਰਿਓ ਇਹ ਬਾਣੀ ਉਹਨਾਂ ਦੀ ਹੈ ਇਹ ਸਿੱਖ ਗੁਰੂ ਦੇ ਆਸਰੇ ਤੇ ਚੱਲਦੇ ਨੇ ਸੋ ਬਹੁ ਭੇਖ ਕਰ ਪਰਮਾਈ ਐ ਬਾਣੀ ਦੱਸਦੀ ਐ ਅੱਜ ਦਾ ਜੋ ਸ਼ਬਦ ਹੈ ਮਨ ਹਿਰਦੇ ਕਪਟ ਕਮਾਹੇ ਗੁਰਬਾਣੀ ਵਿੱਚ ਸਿੱਖੀ ਵਿੱਚ ਐਸਾ ਨਹੀਂ ਕਿ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਕਿਉਂਕਿ ਬਹੁਤਾਤ ਵਿੱਚ ਧਰਮ ਦੇ ਨਾਂ ਤੇ ਦੁਨੀਆ ਨੂੰ ਲੁੱਟਿਆ ਗਿਆ ਤੇ ਅੱਜ ਵੀ ਲੁੱਟਿਆ ਜਾ ਰਿਹਾ ਏ ਮਨ ਵਿੱਚ ਕਪਟ ਹੈ ਛਲ ਹੈ ਘਿਰਦੇ ਜਿਨਕੇ ਛਲ ਕਪਟ ਹੈ ਤੇ ਬਾਹਰੋਂ ਸੰਤ ਕਹਾਏ ਬਾਹਰੋਂ ਕਹਿੰਦੇ ਨੇ ਕਿ ਅਸੀਂ ਸੰਤ ਹਾਂ ਸੁਚੇਤ ਹੋਣ ਦੀ ਲੋੜ ਹੈ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕਿ ਮਨ ਵਸਿਆ ਨਿਰੰਕਾਰ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਬਰ ਨਾ ਕੋਈ ਤਾਂ ਫਿਰ ਸਾਨੂੰ ਪਟਕਣ ਦੀ ਲੋੜ ਨਹੀਂ ਸਾਨੂੰ ਪੂਰਨ ਤੌਰ ਤੇ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੇ ਨਾਲ ਜੁੜ ਜਾਣਾ ਚਾਹੀਦਾ ਹੈ ਸੋ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਆਖਿਆ ਕਿ ਜਿਸ ਜਲ ਨਿਦਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚਤਰਾਈ ਦੁਬਦਾ ਏ ਫਲ ਨਹੀਂ ਜੀਓ ਆਪਣੇ ਮਨ ਵਿੱਚ ਦੁਬਦਾਰਾ ਰੱਖੋ ਦ੍ਰਿੜਤਾ ਦੇ ਨਾਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸਾਨੂੰ ਜੋੜਨਾ ਚਾਹੀਦਾ ਸਤਿਵਚਨ ਜੀ ਅ ਅੱਜ ਦੇ ਇਸ ਸ਼ਬਦ ਦੀ ਵਿਚਾਰ ਜੋ ਨਰਿੰਦਰ ਸਿੰਘ ਜੀ ਨੇ ਬਹੁਤ ਸੁਚੇਜੇ ਢੰਗ ਨਾਲ ਸੰਗਤ ਜੀ ਆਪ ਜੀ ਨਾਲ ਸਾਂਝ ਪਾਈ ਇਸ ਸਤਗੁਰਾਂ ਜੀ ਦੇ ਉਪਦੇਸ਼ ਸ਼੍ਰੀ ਰਾਗ ਵਿੱਚ ਤੀਜੇ ਪਾਤਸ਼ਾਹ ਦੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਮੁਖਾਰਬਨ ਤੋਂ ਪ੍ਰਕਾਸ਼ਮਾਨ ਹੋਏ ਨੇ ਤੋਂ ਇਸ ਸ਼ਬਦ ਦਾ ਜੋ ਰਹਾਉ ਦਾ ਪੱਖੇ ਸੱਚ ਸੰਜਮ ਕਰਣੀ ਸੋ ਕਰੇ ਹਮ ਹਮ ਗੁਰਮੁਖ ਹੋਏ ਹਮ ਪਰਗਾਸ ਹਾਂਜੀ ਤੋਂ ਮਹਾਰਾਜ ਨੇ ਇੱਥੇ ਖੁਲਾਸਾ ਕੀਤਾ ਹੈ ਕਿ ਪਰਗਾਸ ਜਿਹੜਾ ਹੈਗਾ ਵੇ ਉਹ ਗੁਰਮੁਖ ਨੂੰ ਹੋਏਗਾ ਹੂੰ ਹੂੰ ਗੁਰਮੁਖ ਨੂੰ ਬਿਲਕੁਲ ਤੇ ਗੁਰਮੁਖ ਹੋਣ ਤੋਂ ਅੱਜ ਸਹੀ ਸੁਭਾਈ ਹੈ ਸਹੀ ਸੁਭਾ ਗੁਰਮੁਖ ਹੋਣਾ ਹੈ ਹੂੰ ਹੂੰ ਤੇ ਮੈਨੂੰ ਮਹਾਰਾਜ ਦੀ ਬਾਣੀ ਨੂੰ ਪੜਨਾ ਹੈ ਹੂੰ ਹੂੰ ਕਿ ਮਹਾਰਾਜ ਦੀ ਬਾਣੀ ਜਦੋਂ ਮੇਰੇ ਮੁੱਖਾਂ ਤੋਂ ਨਿਕਲੇਗੀ ਤੇ ਉਹ ਗੁਰਮੁਖ ਹੈ ਹੂੰ ਹੁਣੇ ਜਦੋਂ ਸ਼ਬਦ ਮੈਂ ਆਪਣੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਇਹ ਸ਼ਬਦ ਪੜਦਾ ਹਾਂ ਗੁਰਬਾਣੀ ਪੜਦਾ ਹਾਂ ਤੇ ਇਹ ਰਸਨਾ ਤੋਂ ਮੇਰੇ ਕੰਨਾਂ 'ਚ ਵੀ ਜਾਏਗੀ ਹੂੰ ਹੂੰ ਤੇ ਫਿਰ ਮੇਰੀ ਇਸ ਵਿਵੇਕ ਬੁੱਧੀ 'ਚ ਵੀ ਜਾਏਗੀ ਹੂੰ ਹੂੰ ਤੇ ਫਿਰ ਗੁਰਮੁਖ ਹੁਣ ਕਿਦਾਂ ਹੋਸਾਂ ਗੁਰਮੁਖ ਹੋਏ ਪ੍ਰਗਾਸ ਇਹ ਮੇਰੇ ਅੰਦਰ ਪ੍ਰਗਾਸ ਕਿਦਾਂ ਹੋਸੀ ਜਦੋਂ ਸੱਚੇ ਸ਼ਬਦ ਦੀ ਕਮਾਈ ਹੋਸੀ ਬਿਲਕੁਲ ਹੁਣ ਅਸੀਂ ਬਿਲਕੁਲ ਕਹਿੰਦੇ ਆ ਜੀ ਕਿ ਮਹਾਰਾਜ ਦੇ ਆਦੇਸ਼ ਜੋ ਸ਼ੁਰੂ ਹੁੰਦੇ ਨੇ ਬੋਪੇਕ ਕਰ ਪਰਮਾਈਐ ਹੂੰ ਹੂੰ ਮਨ ਹਿਰਦੇ ਕਪਟ ਕਮਾਏ ਕਮਾਏ ਹਮੂਮੰਦ ਕਰ ਲੈਣੇ ਆਏ ਕਿਉਂ ਇਹ ਸੁੱਖਾ ਰਾਹ ਹੈ ਧਰਮ ਦਾ ਨਾਲ ਲੈ ਕੇ ਲੁੱਟ ਲੋ ਹਾਂਜੀ ਲੇਕਿਨ ਇਹ ਪੇਖੀ ਹੋਣ ਤੋਂ ਬਾਅਦ ਮੈਨੂੰ ਭੁਗਤਣਾ ਕੀ ਪੈਣਾ ਹੈ ਇਹ ਜਦੋਂ ਮੇਰੇ ਸਤਿਗੁਰੂ ਜੀ ਚਾਣਨਾ ਪਾਉਂਦੇ ਨੇ ਨਾ ਹਾਂਜੀ ਤੇ ਫਿਰ ਉਹ ਗੁਰੂ ਦੀ ਕਿਰਪਾ ਨਾਲ ਡਰ ਬੈਠਦਾ ਹੈ ਤੇ ਜਦੋਂ ਬਾਣੀ ਨਾਲ ਮੈਂ ਜੁੜਦਾ ਹਾਂ ਤੇ ਫਿਰ ਮੈਂ ਕਹਿਣਾ ਕਿ ਨਹੀਂ ਪੇਖੀ ਹੋਸਾਂ ਤਾਂ ਮੈਨੂੰ ਹੀ ਉਸਦਾ ਜਵਾਬ ਦੇਣਾ ਪੈਸੀ ਕਿਉਂਕਿ ਤੇ ਕਰਮਾਂ ਦੀ ਖੇਡ ਹੈ ਹੂੰ ਜੋ ਮੈਂ ਕੀਤਾ ਹੂੰ ਸੋ ਮੈਂ ਪਾਇਆ ਹੂੰ ਦੋਸ਼ ਨਾ ਦੀਜੇ ਅਵਰਜਨਾ ਅਵਰਜਨਾ ਤੋਂ ਹੁਣ ਮੈਨੂੰ ਗੁਰਮੁਖ ਹੋਣਾ ਹੈ ਤੇ ਗੁਰਮੁਖ ਦਾ ਸਹਿਜ ਸੁਭਾਅ ਹੂੰ ਆਪਣੇ ਗੁਰੂ ਨਾਲ ਮਿਲਣਾ ਹੈ ਹੂੰ ਸਾਡਾ ਸਤਿਗੁਰੂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਤਾਂ ਅਸੀਂ ਬੜੇ ਸੁਭਾਗੇ ਸਮੇ ਚਾ ਹਾਂ ਜਿਹੜੇ ਗੁਰੂ ਘਰ ਜਾਈਏ ਹਾਂਜੀ ਮੇਰਾ ਸਤਿਗੁਰੂ ਪ੍ਰਕਾਸ਼ਮਾਨ ਹੈ ਹਾਂਜੀ ਹਾਂ ਉਹ ਮੈਨੂੰ ਮਿਲਣ ਦੀ ਭੁੱਖ ਕਿਉਂ ਨਹੀਂ ਜਾਗ ਰਹੀ ਹੂੰ ਹੂੰ ਮਿਲਾਂ ਬਿਲਕੁਲ ਜਦ ਮੈਂ ਆਪਣੇ ਸਤਿਗੁਰਾਂ ਨਾਲ ਹਣ ਮਿਲਦਾ ਤੇ ਮਿਲਣ ਤੋਂ ਬਾਅਦ ਬੈਠਿਆ ਹੁਕਮਨਾਮਾ ਲੀਤਾ ਦੋ ਚਾਰ ਪੰਜ ਅੰਗ ਦਰਸ਼ਨ ਕੀਤੇ ਹੂੰ ਫਿਰ ਹੁਕਮਨਾਮਾ ਲਾ ਲੀਤਾ ਫਿਰ ਚਾਰ ਪੰਜ 6 7 8 ਅੰਗ ਦਰਸ਼ਨ ਕੀਤੇ ਔਰ ਇਹ ਪਿਆਸ ਪੈ ਜਾਣੀ ਕਿਉਂਕਿ ਸ਼ਵਰ ਹੈ ਹੀ ਮਿੱਠਾ ਜਦੋਂ ਮਿਠਾਸ ਦੀ ਪਿਆਸ ਪੈ ਜਾਣੀ ਫਿਰ ਮਾਨੇ ਚਾਹ ਉੱਠ ਜਾਏਗਾ ਇੱਕੋਂ ਘਾਰ ਸਾਹਿਬ ਤੋਂ ਲਾਵਾਂ ਬਿਲਕੁਲ ਤੇ ਸਲੋਕ ਮੈਲਾ ਨਾਵਾ ਸਾਹਿਬ ਤੱਕ ਜਾਵਾਂ ਦੇਖਾਂ ਤੁਸੀਂ ਮੇਰੇ ਪਿਓ ਦਾਦੇ ਦੇ ਖਜ਼ਾਨੇ 'ਚ ਹੈ ਕੀ ਇਹ ਰੰਗ ਲੱਗੇਗਾ ਹਾਂਜੀ ਹਾਂਜੀ ਇਹ ਰੰਗ ਲੱਗੇਗਾ ਫਿਰ ਮੈਂ ਭੇਖ ਤੋਂ ਬਚਾਂਗਾ ਫਿਰ ਇਹ ਸਤਗੁਰਾਂ ਦੇ ਉਪਦੇਸ਼ ਕਮਾਵਾਂਗਾ ਕਿ ਮੈਨੂੰ ਭੇਖੀ ਨਹੀਂ ਬਣਨਾ ਮੈਨੂੰ ਸੱਚਾ ਬਣਨਾ ਹੂੰ ਹੂੰ ਤੇ ਵਾਹ ਵਾ ਬਾਣੀ ਨਿਰੰਕਾਰ ਹੈ ਇਸ ਜੀ ਜੇਵਡ ਵਰਨ ਕੋਈ ਤੇ ਸਤਗੁਰਾਂ ਦੇ ਉਪਦੇਸ਼ ਵੀ ਆਉਂਦੇ ਨੇ ਕਿ ਵਾਹ ਵਾ ਬਾਣੀ ਸੱਚ ਹੈ ਹੂੰ ਹੂੰ ਸੱਚ ਮਿਲਾਵਾ ਹੋਈ ਬਿਲਕੁਲ ਜੇ ਸੱਚੇ ਨਾਲ ਮਿਲਾਂਗੇ ਤੇ ਸੈ ਸਵਾਰ ਰੰਗ ਆਣਗੇ ਇਹ ਬਿਲਕੁਲ ਦੇਖੋ ਇਸ ਵੇਲੇ ਦੁਨੀਆ ਦੇ ਬਹੁਤ ਵੱਡੇ ਭਾਗ ਨੇ ਵਾਹਿਗੁਰੂ ਸਤਿ ਪ੍ਰਾਰਥਨ ਸਮੇਂ ਦੇ ਅੰਦਰ ਕਿਸੇ ਦੇ ਮਨ ਵਿੱਚ ਪ੍ਰਭੂ ਮਿਲਣ ਦਾ ਚਾਅ ਪੈਦਾ ਹੁੰਦਾ ਸੀ ਤੇ ਗੁਰੂ ਲੱਭਣ ਜਾਣਾ ਪੈਂਦਾ ਵਾਹਿਗੁਰੂ ਸਤਿਵੰਤ ਜੀ ਤੇ ਪਰ ਹੁਣ ਗੁਰੂ ਕਿੱਥੋਂ ਲੱਭੇ ਕਿਉਂਕਿ ਪਹਿਚਾਨ ਕੋਈ ਨਹੀਂ ਸਾਰੀ ਉਮਰ ਗੁਰੂ ਪ੍ਰਕਾਸ਼ਮਾਨ ਹੈ ਬਿਲਕੁਲ ਅੱਜ ਜੁੜ ਜਾਈਏ ਹਾਂਜੀ ਫਿਰ ਤੁਹਾਡੇ ਵਾਲੇ ਪ੍ਰੇਮੀ ਆਉਂਦੇ ਮਹਾਰਾਜ ਸਬਾਬ ਬਣਾਉਂਦੇ ਨੇ ਵਿਚਾਰਾਂ ਵਾਸਤੇ ਹਾਂਜੀ ਮੈਂ ਸਤਗੁਰਾਂ ਨਾਲ ਮਿਲਾਂ ਤਾਂ ਸਹੀ ਕਨੈਕਸ਼ਨ ਤੇ ਜੋੜਾਂ ਬਿਲਕੁਲ ਅੱਜ ਗੁਰੂ ਨੂੰ ਲੱਭਣ ਜਾਣ ਦੀ ਲੋੜ ਨਹੀਂ ਵਾਹਿਗੁਰੂ ਅੱਜ ਤੇ ਗੁਰੂ ਨੂੰ ਮੰਨਣ ਦੀ ਲੋੜ ਹੈ ਸਤਿਗੁਰੂ ਬੰਦ ਗੁਰੂ ਸਾਡੇ ਸਾਹਮਣੇ ਹੈ ਵਾਹਿਗੁਰੂ ਤੇ ਉਸ ਨੂੰ ਆਪਾਂ ਮੰਨਾਂਗੇ ਤੇ ਸਾਡਾ ਸਮਾਂ ਬਾਜ ਜਾਵੇਗਾ ਵਾਹਿਗੁਰੂ ਜੇ ਪਟਕਣਾ ਦੇ ਵਿੱਚ ਪੈ ਗਏ ਤੇ ਫਿਰ ਕਿੱਥੇ ਪਟਕਾਂਗੇ ਤੇ ਕਿੱਥੇ ਰੱਬ ਨੂੰ ਲੱਭਾਂਗੇ ਮੈਂ ਆਪ ਜੀ ਦੇ ਇਹ ਵਿਚਾਰਾਂ ਇਸਾਂਝ ਬਣਾ ਮਹਾਰਾਜ ਦੇ ਹੁਕਮ ਨੇ ਹਮ ਖਸਮ ਮਛੋੜ ਦੂਜੇ ਲੱਗੇ ਹਮ ਡੁੱਬੇ ਸੇਵਣ ਜਾ ਰਿਆ ਤੇ ਗੁਰੂ ਪਿਆਰਿਓ ਸਾਡਾ ਖਸਮ ਤੇ ਸਾਡਾ ਸਤਿਗੁਰ ਹੈ ਹਮ ਪ੍ਰਕਾਸ਼ਮਾਨ ਹੈ ਜੈਸੀ ਮੇ ਆਵੇ ਖਸਮ ਕੀ ਬਾਣੀ ਤੇਸੜਾ ਗਿਆਨ ਵੇ ਲਾ ਲੋ ਲਾਲ ਬਣੋ ਪਿਆਰਿਓ ਪੜੋ ਲਾਲ ਬਿਲਕੁਲ ਤੇ ਸਤਿਗੁਰੂ ਨੂੰ ਜੈਸਾ ਕੋ ਇਛਦਾ ਹਮ ਤੇ ਹਾ ਫਲ ਪਾਇ ਤੇ ਹਾ ਫਲ ਭਰੇ ਉਈ ਬਿਖਾਰੀ ਬਣ ਜਾਈਏ ਇਸ ਦਰ ਦੇ ਬਿਲਕੁਲ ਮੰਗੀਏ ਮੈਂ ਕਹਿੰਦਾ ਜੋ ਮੰਗਣਾ ਚਾਹਦੇ ਹੋ ਮੰਗੋ ਬਿਲਕੁਲ ਲੈ ਲੈ ਕੇ ਥੱਕ ਜਾਾਂਗੇ ਹਮ ਦੇਖੋ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਰ ਸਰਬ ਸ਼ਕਤੀਮਾਨ ਸਮਰਥ ਗੁਰੂ ਹੈ ਵਾਹਿਗੁਰੂ ਜਦੋਂ ਅਸੀਂ ਇਹ ਮਨ ਲਾਵਾਂਗੇ ਮਨ ਕੇ ਚੱਲਾਂਗੇ ਕਿ ਇਹੀ ਉਹ ਸਮਰਥ ਗੁਰੂ ਹੈ ਜਿਥੋਂ ਸਾਨੂੰ ਸਭ ਕੁਝ ਮਿਲਦਾ ਏ ਵਾਹਿਗੁਰੂ ਤਾਨੂੰ ਦੇ ਸੁੱਖ ਵੀ ਮਿਲਦੇ ਨੇ ਮਨ ਦੇ ਸੁੱਖ ਵੀ ਮਿਲਦੇ ਨੇ ਸਤਿਵਚ ਆਤਮਿਕ ਸੁੱਖ ਮਿਲਦਾ ਏ ਵਾਹਿਗੁਰੂ ਲੋਕ ਦੇ ਸੁੱਖ ਮਿਲਦੇ ਨੇ ਪਰ ਲੋਕ ਪਰ ਲੋਕ ਦੇ ਸੁੱਖ ਮਿਲਦੇ ਨੇ ਸਤਿਵਚ ਫਿਰ ਐਸਾ ਜੋ ਸਤਿਗੁਰੂ ਹੈ ਅਸੀਂ ਇਹ ਨਾ ਸਮਝੀਏ ਕਿ ਗੁਰੂ ਜਾਣਦਾ ਨਹੀਂ ਵਾਹਿਗੁਰੂ ਗੁਰੂ ਤੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਵਾਹਿਗੁਰੂ ਜਿਹੜੇ ਸਾਡੇ ਮਨ ਦੇ ਅੰਦਰ ਫੁਰਨੇ ਫੁਰਦੇ ਨੇ ਸਤਿ ਸੱਚ ਉਹ ਜਾਣਦਾ ਏ ਜੇ ਸਾਡੇ ਅੰਦਰ ਚੰਗਾ ਫੁਰਨਾ ਫੁਰਿਆ ਉਹ ਵੀ ਜਾਣਦਾ ਏ ਵਾਹਿਗੁਰੂ ਭੈੜਾ ਫੁਰਨਾ ਫੁਰਿਆ ਉਹ ਵੀ ਜਾਣਦਾ ਏ ਵਾਹਿਗੁਰੂ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਵਾਹਿਗੁਰੂ ਇਸ ਕਰਕੇ ਸੁਚੇਤ ਹੋ ਜਾਈਏ ਅਸੀਂ ਉਸ ਪ੍ਰਭੂ ਪਰਮਾਤਮਾ ਤੋਂ ਕੁਝ ਵੀ ਛੁਪਾ ਨਹੀਂ ਸਕਦੇ ਬੇਸ਼ੱਕ ਅਸੀਂ ਇਨੇ ਕਿਹੜੇ ਐਸੇ ਵਿਚਾਰਾ ਇਸ਼ਾਨ ਛਾਣ ਪਾਣਾ ਜਿਹਦੇ ਅਸੀਂ ਪ੍ਰਭੂ ਪਰਮਾਤਮਾ ਤੋਂ ਨਹੀਂ ਛੁਪਾ ਸਕਦੇ ਤੇ ਸੱਚ ਜਾਣੋ ਜਦੋਂ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਬੈਠਦੇ ਹੋ ਤਾਂ ਵੀ ਮੈਂ ਇੱਥੋਂ ਕੁਝ ਨਹੀਂ ਛੁਪਾ ਸਕਦਾ ਮੈਂ ਕਿਸ ਭਾਵਨਾ ਨਾਲ ਬੈਠਾ ਹਾਂਜੀ ਮੈਂ ਕਿਸ ਭਾਵਨਾ ਨਾਲ ਪਾਠ ਕਰ ਰਿਹਾ ਮੈਂ ਕਿਸ ਭਾਵਨਾ ਦੇ ਨਾਲ ਇਸ ਸਮਾਜ ਵਿੱਚ ਵਿਚਰ ਰਿਹਾ ਉਹ ਮੇਰੇ ਸਤਿਗੁਰੂ ਜੀ ਸਭ ਜਾਣਦੇ ਨੇ ਸਭ ਜਾਣਦੇ ਨੇ ਇੱਕ ਪਿਆਰ ਇਹ ਪਾ ਕੇ ਆਪਣੀ ਖਲੜੀ ਵਿੱਚ ਬਹਿ ਜਾਈਏ ਤੇ ਦਾਤਾਂ ਲੈ ਲੈ ਕੇ ਥੱਕ ਜਾਈਏ ਸਤਵਚਨ ਜੀ ਆਪ ਜੀ ਦਾ ਕਿ ਵੀ ਅਸੀਂ ਰੱਬ ਕੋਲੋਂ ਜਿਵੇਂ ਕੁਝ ਨਹੀਂ ਸਪਾ ਸਕਦੇ ਤੇ ਮੇਰਾ ਰੱਬ ਬੈਠਾ ਹੈ ਇਹਦੇ ਕੋਲੋਂ ਵੀ ਕੁਝ ਨਹੀਂ ਛੁਪਿਆ ਹੋਇਆ ਬਿਲਕੁਲ ਦੇਖੋ ਇਹ ਭਰੋਸਾ ਰੱਖਣਾ ਪਵੇਗਾ ਵਾਹਿਗੁਰੂ ਤੇਰੇ ਭਰੋਸੇ ਪਿਆਰੇ ਮੈਂ ਲਾੜ ਮੈਂ ਲਾੜ ਲੜਾਇਆ ਇਹ ਹੁਣ ਲਾੜ ਆਪਾਂ ਕਿਤਨਾ ਕੁ ਲੜਾਉਣੇ ਆ ਵਾਹਿਗੁਰੂ ਕਿ ਜਾਂ ਸਿਰਫ ਫੇਰਾ ਤੋਰੇ ਰੱਖਦੇ ਆ ਵਾਹਿਗੁਰੂ ਮਨ ਪ੍ਰਤੀਤ ਨਾ ਆਈਆਂ ਸ਼ਬਦ ਨਾ ਲੱਗੋ ਪਾਓ ਮਨ ਵਿੱਚ ਪ੍ਰਤੀਤ ਭਾਵ ਕੇ ਵਿਸ਼ਵਾਸ ਕੋਈ ਨਹੀਂ ਵਾਹਿਗੁਰੂ ਦੁਨੀਆ ਜਾ ਰਹੀ ਐ ਅਸੀਂ ਵੀ ਤੁਰੇ ਜਾਣੇ ਆ ਵਾਹਿਗੁਰੂ ਤੇ ਸਤਗੁਰੂ ਪਾਚਾ ਕਹਿੰਦੇ ਉਹਨਾਂ ਨੂੰ ਸੁੱਖ ਨਾ ਉਪਜੇ ਪਾਵੇ 100 ਢੀੜਾ ਆਬੋ ਜਾਓ ਪਾਵੇ ਦਿਹਾੜੀ ਦਾ ਫਿਰ 100 ਵਾਰੀ ਆ ਤੇ ਜਾ ਜੇ ਗੁਰੂ ਤੋਂ ਗਿਆਨ ਪ੍ਰਾਪਤ ਨਹੀਂ ਕੀਤਾ ਵਾਹਿਗੁਰੂ ਪਰਮਾਤਮਾ ਦਾ ਮਾਰਗ ਪੁੱਛਿਆ ਹੀ ਨਹੀਂ ਤੇ ਫਿਰ ਕੋਈ ਫਾਇਦਾ ਨਹੀਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜਿਤਨੀਆਂ ਵੀ ਸੰਗਤਾਂ ਇਸ ਵੇਲੇ ਜੁੜ ਬੈਠੀਆਂ ਨੇ ਸਭ ਦੇ ਚਰਨਾਂ ਵਿੱਚ ਫਿਰ ਬੇਨਤੀ ਹੈ ਕਿ ਸਕਰੀਨ ਤੇ ਜੋ ਟੈਲੀਫੋਨ ਨੰਬਰ ਆ ਰਿਹਾ ਏ ਇਸ ਨੰਬਰ ਨੂੰ ਡਾਇਲ ਕਰੋ ਤੇ ਇਹ ਜੋ ਗੁਰਬਾਣੀ ਇਸ ਜਗ ਮੇ ਚਾਨਣ ਇਸ ਦੀ ਸੇਵਾ ਕਰੋ ਗੁਰੂ ਪਿਆਰਿਓ ਸੇਵਾਵਾਂ ਕਰਨ ਵਾਸਤੇ ਗੁਰੂ ਪਾਤਸ਼ਾਹ ਹਰ ਸਮੇਂ ਹਾਜ਼ਰ ਨਾਜ਼ਰ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਹੁੰਦੀ ਹੈ 7 ਵਜੇ ਤੋਂ ਲੈ ਕੇ 8 ਵਜੇ ਤੱਕ ਜੋ ਸ੍ਰੀ ਹਰਮੰਦਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਹੈ ਉਸ ਸਮੇਂ ਦੀ ਸੇਵਾ ਲੈ ਸਕਦੇ ਹੋ ਸੁਖਮਨੀ ਸਾਹਿਬ ਦੀ ਸੇਵਾ ਲੈ ਸਕਦੇ ਹੋ ਔਰ ਸੰਗਤ ਟੈਲੀਵਿਜ਼ਨ ਨੂੰ ਪਰਫੁੱਲਤ ਕਰਨ ਵਾਸਤੇ ਆਪ ਡਾਇਰੈਕਟ ਡੇਵਿਡ ਪਰ ਸਕਦੇ ਹੋ ਕੁਝ ਤੇ ਕਰੀਏ ਕੁਝ ਕਰਨ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਜੇ ਸੁਣ ਕੇ ਛੱਡ ਦਿੱਤਾ ਤੇ ਗੱਲ ਫਿਰ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਇਸ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਸੰਗਤ ਟੈਲੀਵਿਜ਼ਨ ਨੂੰ ਜਰੂਰ ਸਪੋਰਟ ਕਰੋ ਜੋ ਕੁਝ ਵੀ ਆਪ ਕਰ ਸਕਦੇ ਹੋ ਜਿੰਨਾ ਵੀ ਕਰ ਸਕਦੇ ਹੋ ਆਪਾਂ ਸਾਰੀਆਂ ਸੰਗਤਾਂ ਤਤ ਪਰ ਹੋ ਕੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਗਿਆਨ ਪ੍ਰਾਪਤ ਕਰੀਏ ਤਾਂ ਕਿ ਇਸੇ ਢੰਗ ਦੇ ਨਾਲ ਆਪਾਂ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੀ ਖੋਜ ਕਰਦੇ ਰਹੀਏ ਖੋਜ ਕਰ ਕਰਕੇ ਜੋ ਕੁਝ ਸਾਨੂੰ ਪ੍ਰਾਪਤ ਹੋਵੇਗਾ ਗੁਰੂ ਪਿਆਰਿਓ ਉਹ ਫਿਰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਕੀ ਸੇਵੇ ਲਗਿਆਂ ਕੱਢ ਰਤਨ ਦੇਵੇ ਪ੍ਰਗਾਸ ਸੋ ਸਤ ਸੰਗੀਜ ਨੂੰ ਇਸ ਅੱਜ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦਾ ਸ਼ਹੀਦੀ ਪੁਰਬ ਉਹਨਾਂ ਦੇ ਸੰਬੰਧ ਵਿੱਚ ਔਰ ਗੁਰਬਾਣੀ ਦੇ ਸੰਬੰਧ ਵਿੱਚ ਕੁਝ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਸਭ ਨੂੰ ਚੜ੍ਹਦੀ ਕਲਾ ਤੇ ਖੁਸ਼ੀਆਂ ਤੇ ਹੋਈਆਂ ਭੋਲਾ ਦੀ ਖਿਮਾ ਬਖਸ਼ੋ ਔਰ ਫਿਰ ਇਸੇ ਟੰਗ ਦੇ ਨਾਲ ਆਪਾਂ ਮਿਲਦੇ ਰਹਾਂਗੇ ਅਗਲੇ ਬੁੱਧਵਾਰ ਨੂੰ ਫਿਰ ਆਪਾਂ ਮਿਲਾਂਗੇ ਤੇ ਵੇਖੋ ਸੰਗਤਾਂ ਦੇ ਵਿੱਚ ਕਿੰਨੀ ਕਿ ਜਾਗਰਤੀ ਪੈਦਾ ਹੁੰਦੀ ਹੈ ਗੁਰੂ ਪਾਤਸ਼ਾਹ ਸਭ ਨੂੰ ਇਹ ਚੜ੍ਹਦੀ ਕਲਾ ਖੁਸ਼ੀਆਂ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ